ਕਿ ਇਹ ਨਾਗਪੁਰ ਅਕਾਲੀ ਦਲ ਬਣਾਉਣ ਲੱਗੇ ਨੇ ਜਿਹੜਾ ਅਸੀਂ ਕਰੇ ਕਿ ਬੀਜੇਪੀ ਅਕਾਲੀ ਦਲ ਇਹ ਨਮਾ ਬਣ ਰਿਹਾ ਬੀਜੇਪੀ ਅਕਾਲੀ ਦਲ ਇੱਕ ਧੜਾ ਅਕਾਤਖ ਸਭ ਜਾ ਰਿਹਾ ਦੂਸਰਾ ਧੜਾ ਉਹਨਾਂ ਨੂੰ ਬੀਜੇਪੀ ਦੇ ਨਾਲ ਜੁੜਿਆ ਹੋਇਆ ਕਹਿ ਰਿਹਾ ਇਹਦੇ ਨਾਲ ਕੋਈ ਪਾਰਟੀ ਕੋਈ ਚੜ੍ਹਦੀ ਕਲਾ ਚ ਤਾਂ ਨਹੀਂ ਹੋ ਰਹੀ ਇਹ ਪਾਰਟੀ ਦਾ ਫਾਇਦਾ ਹੀ ਹੋਇਆ ਪ੍ਰਧਾਨ ਸਾਬ ਕੁਰਸੀ ਛੱਡ ਦੇਣ ਅਸਤੀਫਾ ਦੇ ਦੇਣ ਯਾਰ ਕੇਜਰੀਵਾਲ ਤਸ ਦੇ ਮਸਾ ਜੇਲ੍ਹ 'ਚ ਬੈਠਾ ਪਤੰਦਰ ਫੇਰ ਵੀ ਅਸਤੀਫਾ ਨਹੀਂ ਦਿੰਦਾ ਇੱਥੇ ਜੇ 2-4 ਹਾਰਾਂ ਹੋ ਗਈਆਂ ਇਹ ਕਹਿੰਦੀ ਜੀ ਦੇਖੋ ਇਸ ਸਾਲ ਦੇ ਵਿੱਚ ਮੈਂ ਇਹ ਰੂਪ ਇਹਨਾਂ ਦਾ ਦੇਖਿਆ ਕਿੰਨਾ ਦਾ ਰੂਪ ਇਹ ਸਾਰੇ ਕਿ ਇਹਨਾਂ ਦਾ ਰੂਪ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਅੰਦਰ ਕੀ ਰੂਪ ਹੈ ਅੰਦਰ ਰੂਪ ਇਹ ਹੈ ਕਿ ਇਹ ਸਾਰੇ ਕਹਿੰਦੇ ਸੀ ਕਿ ਬੀਜੇਪੀ ਨਾਲ ਸਮਝੌਤਾ ਕਰੋ ਪਾਰਟੀ ਮਾਂ ਜੇ ਮਾਂ ਦੀ ਪਿੱਠ ਦੀ ਛੁਰਾ ਵਿੱਚ ਕੋਈ ਮਾਰ ਕੇ ਜਾਵੇ ਤਾਂ ਫਿਰ ਇਹ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ ਉਹ ਤਾਂ ਪਾਰਟੀ ਬਚਾਉਣ ਲਈ ਸਾਰਾ ਕੁਝ ਕਰ ਰਿਹਾ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਝੂਠ ਨਹੀਂ ਬੋਲਦਾ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਸੀ ਕਿ ਬੀਜੇਪੀ ਨਾਲ ਟੱਕਾ ਸਮਝੌਤਾ ਨਹੀਂ ਕਰਨਾ ਅੱਜ ਵੀ ਜੇ ਚੰਨੂ ਮਹਿਰਾ ਸਾਹਿਬ ਨੂੰ ਪ੍ਰਧਾਨ ਸਾਹਿਬ ਉਹਨੇ ਸਾਰੀਆਂ ਗੱਲਾਂ ਮੰਨ ਲਣ ਤਾਂ ਸਾਰਾ ਕੁਝ ਠੀਕ ਹੈ। ਇਹ ਕੀ ਮਨਾਉਣਾ ਚਾਹੁੰਦੇ ਨੇ ਪ੍ਰਧਾਨ ਸਾਹਿਬ ਤੋਂ? ਇੱਕ ਤਾਂ ਉਹਨਾਂ ਨੂੰ ਇਸ ਗੱਲ ਦਾ ਬੜਾ ਅਵਜੋਗ ਹੈ ਕਿ ਤੁਸੀਂ ਭਾਜਪਾ ਨਾਲ ਸੌਜਾਂ ਤੱਕ ਕਿਉਂ ਨਹੀਂ ਕੀਤਾ? ਚੰਨੂ ਮਹਿਰਾ ਸਾਹਿਬ ਨਾਰਾਜ਼ ਹੋ ਕੇ ਘਰੇ ਬਹਿ ਗਏ ਸੀ। ਤੇ ਉਹਦੋਂ ਵੀ ਜਦੋਂ ਬਲੈਕ ਥੰਡਰ ਹੋਇਆ ਸੀ ਇਹ ਮੰਤਰੀ ਸੀਗੇ। ਇਹਨਾਂ ਨੇ ਸਤੀਫਾ ਨਹੀਂ ਦਿੱਤਾ ਸੀ ਨਾਲ ਕੱਢ ਗਏ ਸੀ ਬਰਨਾਲਾ ਸਾਹਿਬ। ਤਾਂ ਇਹਨਾਂ ਦੇ ਗੁੱਡੀ ਹੱਥ ਲੱਗ ਗਿਆ। ਜਿਹੜਾ ਦਿਨਾਂ ਦੀ ਚਮਚਾਗਰੀ ਕਰ ਗਿਆ ਉਹ ਤਾਂ ਬਾਲੇ-ਪੱਲੇ ਬਹੁਤ ਵਧੀਆ ਬਹੁਤ ਵਧੀਆ। ਜਿਹੜਾ ਕੋਈ ਪਾਰਟੀ ਦੀ ਗੱਲ ਕਰ ਗਿਆ ਡਾਈਮੰਸ਼ੀਅਰ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਲਈ ਬੜੇ ਜਦੋਜਹਿਦ ਸੰਘਰਸ਼ਾਂ ਇਸ ਪਾਰਟੀ ਨੇ ਲੜੀਆਂ ਨੇ ਪਾਰਟੀ ਕਦੇ ਵੀ ਹੇਠਾਂ ਵੱਲ ਜ਼ਰੂਰ ਜਾਂਦੀ ਹੈ ਪਰ ਪਾਰਟੀ ਕਦੇ ਵੀ ਮਰਦੀ ਨਹੀਂ ਕਿਉਂਕਿ ਪਾਰਟੀ ਨੇ ਜਦੋਂ ਵੀ ਕਿਤੇ ਖੇਤਰੀ ਪਾਰਟੀ ਹੋਵੇ ਉਹਦੇ ਸਾਹਮਣੇ ਚੁਣੌਤੀਆਂ ਉਹ ਵੱਟੀਆਂ ਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਇਸ ਵੇਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਿਲਾਰੇ ਪਏ ਨੇ ਉਹਨੂੰ ਕਿਸ ਤਰੀਕੇ ਨਾਲ ਸਮਟਿਆ ਜਾਏਗਾ ਕਿ ਜਿਹੜੇ ਬਾਕੀ ਇਸ ਵੇਲੇ ਬਗਾਵਤ ਕਰ ਰਹੇ ਨੇ ਪਾਰਟੀ ਦੇ ਵਿੱਚ ਕੁਝ ਲੀਟਰ ਕਿ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਏਗਾ ਸ਼੍ਰੋਮਣੀ ਕਾਲੀ ਦਲ ਦਾ ਯੂਥ ਵਿੰਗ ਕੀ ਸੋਚ ਰਿਹਾ ਸਰਬਜੀਤ ਸਿੰਘ ਚੰਦਰ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਰਪੋਤ ਸਵਾਗਤ ਸਰ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪਟੇ ਚੰਦਰ ਸਾਹਿਬ ਕਿਵੇਂ ਦੇਖ ਰਹੇ ਹੋ ਜਿਹੜੀ ਇਸ ਵੇਲੇ ਤੁਹਾਡੀ ਪਾਰਟੀ ਦੇ ਅੰਦਰੂਨੀ ਜੋ ਕੁਝ ਚੱਲ ਰਿਹਾ ਹਾਲਾਂਕਿ ਉਹ ਸਾਰੇ ਲੀਡਰ ਇਹਨੂੰ ਕਹਿੰਦੇ ਨੇ ਕਿ ਦੁਫਾੜ ਹੈ ਜੀ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਇਹ ਕੋਈ ਹੋਇਆ ਹੀ ਕੁਛ ਨਹੀਂ ਜੀ ਇਹ ਤਾਂ ਕੁਛ ਕ ਲੋਕ ਨੇ ਚੰਦ ਲੋਕ ਨੇ 2 4 5 ਤੁਸੀਂ ਇਹਨਾਂ ਨੂੰ 2 4 5 ਦੀ ਤਰ੍ਹਾਂ ਹੀ ਗਿਣਤੀ 'ਚ ਮਣਦੇ ਹੋ ਜੇ ਜਿਹੜਾ ਡੈਂਟ ਪਾਰਟੀ 'ਚ ਇਸ ਵੇਲੇ ਪੈ ਰਿਹਾ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਨਨਪ੍ਰੀਤ ਜੀ ਇੱਕ ਤਾਂ ਗੱਲ ਇਹ ਤਾਂ ਸ਼ੋਰ ਹੈ ਵੀ ਜੇ ਕੋਈ ਆਗੂ ਚਾਹ ਇੱਕ ਵੀ ਪਾਰਟੀ ਤੋਂ ਅਲੱਗ ਹੁੰਦਾ ਆਗੂ ਨਹੀਂ ਮੈਂ ਤਾਂ ਇਤੋਂ ਕਹਾਂਗਾ ਕਿ ਜੇ ਕੋਈ ਪਾਰਟੀ ਦਾ ਵਰਕਰ ਵੀ ਕੋਈ ਇੱਕ ਕੋਈ ਪਾਰਟੀ ਤੋਂ ਦੂਰ ਜਾਂਦਾ ਨੁਕਸਾਨਦਾ ਹੁੰਦਾ ਹੈ ਐਜ ਕੋਈ ਦੋਰਾਵਾ ਨਹੀਂ ਪਰ ਕਈ ਵਾਰੀ ਨੁਕਸਾਨ ਇਹੋ ਜਿਹੇ ਹੁੰਦੇ ਨੇ ਕੀ ਜਿਹੜੇ ਪਾਰਟੀ ਨੂੰ ਵੱਡੇ ਲੈਵਲ ਤੇ ਨੁਕਸਾਨ ਕਰਨ ਤੱਕ ਮਤਲਬ ਸ਼ਾਦਸ਼ ਰਚੀ ਜਾਂਦੀ ਆ ਜੀ ਜਿਹੜੇ ਤੁਸੀਂ ਗੱਲ ਕੀ ਹੈ ਕਿ ਅਕਾਲੀ ਦਲ ਤਫਾੜ ਹੋਇਆ ਜਾਂ ਕੁਝ ਜਾਗੂ ਗਏ ਨੇ ਇਹ ਤਾਂ ਗੱਲ ਬਿਲਕੁਲ ਠੀਕ ਆ ਤੁਹਾਡੀ ਗੱਲ ਕਿ ਅਕਾਲੀ ਤਫਾੜ ਹੁੰਦਾ ਮਤਲਬ ਦਾ ਇਹ ਵੀ 50-50 50-50 ਨਹੀਂ ਕੁਝ ਸਾਡੇ ਆਗੂ ਸਹਿਬਾਨ ਨੇ ਪੁਰਾਣੇ ਜਿਨ੍ਹਾਂ ਨੇ ਲੰਬਾ ਸਮਾਂ ਮੈਂ ਸਮਝਦਾ ਕਿ ਅਕਾਲੀ ਸਿਆਸਤ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਸ਼੍ਰੋਮਣੀ ਪਾਰਟੀ ਵੱਡੀ ਹੁੰਦੀ ਆ ਜਿਵੇਂ ਵੱਡੇ ਬਾਲ ਸਾਹਿਬ ਕਹਿੰਦੇ ਹੁੰਦੇ ਸੀ ਸਰ ਦਾ ਪ੍ਰਕਾਸ਼ ਸਿੰਘ ਬਾਦਲ ਜੀ ਕਿ ਪਾਰਟੀ ਮਾਂ ਹੈ ਤੇ ਮਾਂ ਵੱਡਾ ਕਰਦੀ ਐ ਬੱਚਿਆਂ ਨੂੰ ਪਾਲ ਕੇ ਉਹਨਾਂ ਨੂੰ ਮਾਂ ਬਹੁਤ ਕੁਝ ਦਿੰਦੀ ਐ ਮਾਂ ਤੋਂ ਬਹੁਤ ਕੁਝ ਸਿੱਖਦੇ ਆਂ ਤੇ ਮਾਂ ਦੀ ਮਤਲਬ ਵੱਡਾ ਹੁੰਦਾ ਬੰਦਾ ਪਰ ਜੇ ਮਾਂ ਦੀ ਪਿੱਠ ਦੀ ਛੁਰਾ ਵਿੱਚ ਕੋਈ ਮਾਰ ਕੇ ਜਾਵੇ ਤਾਂ ਫਿਰ ਇਹ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਨਹੀਂ ਉਹ ਤਾਂ ਪਾਰਟੀ ਬਚਾਉਣ ਲਈ ਸਾਰਾ ਕੁਝ ਕਰ ਰਹੇ ਨੇ ਉੱਥੇ ਹੀ ਆ ਰਿਹਾ ਮੈਂ ਪਾਰਟੀ ਨੂੰ ਬਚਾਉਣ ਲਈ ਪਾਰਟੀ ਦੇ ਵਿੱਚ ਜਿਹੜੀਆਂ ਗੱਲਾਂ ਰੱਖਣੀਆਂ ਸੁਧਾਰ ਲਿਆਉਣ ਉਹ ਚੰਗੀ ਗੱਲ ਆ ਪਾਰਟੀ ਨੂੰ ਤਕੜਾ ਕਰਨ ਲਈ ਆਪਣੇ ਵਿਚਾਰ ਦੇਣੇ ਸੁਝਾਅ ਦੇਣੇ ਤਬਦੀਲੀਆਂ ਲਿਉਣੀਆਂ ਕੋਈ ਕਿਸੇ ਤਰ੍ਹਾਂ ਦੀ ਕੋਈ ਨਵੀਂ ਪਾਲਿਸੀ ਲਿਉਣੀ ਪਾਰਟੀ ਦੇ ਵਿੱਚ ਵੀ ਕੀ ਕਰਨਾ ਹੈ ਜਿਵੇਂ ਕੁਝ ਚੀਜ਼ਾਂ ਬਦਲਣੀਆਂ ਉਹ ਚੰਗੀ ਗੱਲ ਆ ਪਾਰਟੀ 'ਚ ਹੋਣਾ ਚਾਹੀਦਾ ਸਮੇਂ-ਸਮੇਂ 'ਤੇ ਅਦਲਾ ਬਦਲੀ ਹੁੰਦੀ ਰਹਿੰਦੀ ਆ ਪਰ ਕਿਸੇ ਹੋਰ ਪਾਰਟੀ ਹੋਰ ਕਿਸੇ ਏਜੰਡੇ ਦਿੱਲੀ ਝੰਡੇ ਦੇ ਨਾਲ ਰੜਕੇ ਪਾਰਟੀ ਨੂੰ ਖੁਰਾ ਲਾਉਣ ਤਾਂ ਮਾੜੀ ਗੱਲ ਆ ਨਾ ਸਾਡਾ ਕਹਿਣ ਨੂੰ ਜੀ ਨਹੀਂ ਕਰਦਾ ਹਾਲਾਂਕਿ ਸਾਨੂੰ ਕਈ ਰੋਕਦੇ ਵੀ ਨੇ ਕਿ ਯਾਰ ਤੁਸੀਂ ਯੂਥ ਵਿੰਗ ਆ ਤੁਸੀਂ ਯੂਥ ਵਿੰਗ ਜਾਦੀ ਝੰਡਾ ਚੱਕ ਰੱਖਿਆ ਏ ਬਾਗੀ ਆਗੂਆਂ ਦੇ ਖਿਲਾਫ ਵੀ ਕਿ ਇਦਾਂ ਨਾ ਕਰੋ ਪਰ ਸਾਨੂੰ ਦੁੱਖ ਲੱਗਦਾ ਹੈ ਯੂਥ ਵਿੰਗ ਥੋੜਾ ਗੁੱਸੇ 'ਚ ਆ ਗੁੱਸੇ 'ਚ ਇਸ ਕਾਰਨ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਇਹ ਲੀਡਰਾਂ ਨੂੰ ਦੇਖ ਕੇ ਤਾਂ ਅਸੀਂ ਵੱਡੇ ਹੋਏ ਹਾਂ ਅਸੀਂ ਇਹਨਾਂ ਦੀ ਸਿਆਸਤ ਦੇਖੀ ਆ ਸਾਰਿਆਂ ਦੀ ਕਿ ਤੇ ਇਹਨਾਂ ਪਿੱਛੇ ਪਾਰਟੀ ਨੇ ਬਹੁਤ ਕੁਝ ਲਿਆ 15 ਸਾਲ ਤਾਂ ਸਾਨੂੰ ਵੀ ਹੋ ਗਏ ਅਸੀਂ ਵੀ ਕੋਈ 15 ਦਿਨ ਤਾਂ ਕਹਿ ਨਹੀਂ ਸਕਦੇ ਕੋਈ 15 ਜਾਂ ਕਿਸੇ ਨੇ 40 ਸਾਲ ਲਾਏ ਹੋਣਗੇ ਪਾਰਟੀ ਦੇ ਵਿੱਚ ਤਾਂ 15 15 18 18 ਸਾਲ ਤਾਂ ਸਾਨੂੰ ਵੀ ਹੋ ਗਏ ਤੇ 15 ਸਾਲ ਸਾਡੇ ਪਰਿਵਾਰਾਂ ਨੇ ਲਾਏ ਹੋਣਗੇ ਸਾਨੂੰ ਵੀ 30 ਸਾਲ ਤਾਂ ਹੋ ਹੀ ਗਏ ਤੁਸੀਂ ਜੋ ਦੇਖ ਰਹੇ ਆ ਕਿ ਇਹਨਾਂ ਨੇ ਬਹੁਤ ਕੁਝ ਪਾਰਟੀ ਤੋਂ ਲਿਆ ਪਾਰਟੀ ਤੋਂ ਲੇਕੇ ਆਨੰਦਮਾਨੇ ਪਾਰਟੀ ਦੇ ਉੱਚਾਦਿਆਂ ਤੇ ਰਹੇ ਤੇ ਜਦੋਂ ਪਾਰਟੀ ਅੱਜ ਮਤਲਬ ਇੱਕ ਸੰਘਰਸ਼ ਵਾਲੇ ਸਮੇਂ ਦੇ ਵਿੱਚੋਂ ਲੰਘ ਰਹੀ ਆ ਤਾਂ ਪਾਰਟੀ ਦੇ ਨਾਲ ਖੜਨ ਦੀ ਬਜਾਏ ਆਪਾਂ ਦੂਜਿਆਂ ਨਾਲ ਖੜ ਜੀਏ ਜਾ ਕੇ ਕਈ ਇਹ ਕਹੇ ਸੀ ਪਾਰਟੀ ਨੂੰ ਬਚਾਉਣ ਲੱਗੇ ਆ ਤੁਸੀਂ ਗੱਲ ਦੱਸੋ ਇਹ ਕਹਿੰਦੇ ਅਕਾਲੀ ਦਲ ਬਚਾਉਣਾ ਮ ਇਕੱਲੇ ਇਕੱਲੇ ਦੇ ਬਾਇ ਨੇਮ ਆਉਣਾ ਸਰਦਾਰ ਮਲੂਕਾ ਸਾਹਿਬ ਕਹਿੰਦੇ ਨੇ ਕਿ ਅਕਾਲੀ ਦਲ ਬਚਾਉਣਾ ਚੰਗੀ ਗੱਲ ਆਕਾਲੀ ਦਲ ਨੂੰ ਬਚਾਉਣ ਲਈ ਜੇ ਪੰਜਾਬ ਕਿਉਂਕਿ ਪੰਜਾਬ ਆਕਾਲੀ ਦਲ ਨੂੰ ਬਚਾਉਣਾ ਮਤਲਬ ਪੰਜਾਬ ਨੂੰ ਬਚਾਉਣਾ ਪੰਜਾਬ ਤੇ ਆਕਾਲੀ ਦਲ ਨੂੰ ਤੁਸੀਂ ਵੱਖਰੇ ਵੱਖਰੇ ਰੂਪ ਵਿੱਚ ਨਹੀਂ ਦੇਖ ਸਕਦੇ ਕਿਉਂਕਿ ਪੰਜਾਬ ਦੀ ਇੱਕੋ ਖੇਤਰੀ ਪਾਰਟੀ ਆ ਪੰਥ ਦੀ ਇੱਕੋ ਪਾਰਟੀ ਆ ਸ਼੍ਰੋਮਣੀ ਕਾਲ ਦਲ ਜੇ ਸ਼੍ਰੋਮਣੀ ਕਾਲ ਦਲ ਤਕੜਾ ਦੇਖੋ ਤਾਂ ਪੰਜਾਬ ਦੇ ਮੁੱਦਿਆਂ ਨੂੰ ਦੀ ਲੜਾਈ ਆ ਪਾ ਖੇਤਰੀ ਪਾਰਟੀਆਂ ਦੇ ਵੱਧਤ ਕਰਨ ਦੀ ਲੜਾਈ ਲੜ ਸਕਦੇ ਆ ਬਾਕੀ ਤਾਂ ਸਾਰੀਆਂ ਪਾਰਟੀਆਂ ਦਿੱਲੀ ਝੰਡੇ ਨਾਲ ਦਿੱਲੀ ਝੰਡਾ ਭਮਾਓ ਕਾਂਗਰਸ ਆ ਭਮਾਓ ਆਮ ਆਦੀ ਪਾਰਟੀ ਆ ਭਮਾਓ ਭਾਰਤੀ ਜਨਤਾ ਪਾਰਟੀ ਆ ਸਾਰਿਆਂ ਦਾ ਝੰਡਾ ਦਿੱਲੀ ਆ ਜੇ ਪੰਜਾਬ ਦਾ ਏਜੰਡਾ ਅਧਿਕਾਰਾਂ ਦਾ ਖੇਤਰੀ ਪਾ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਏਜੰਡਾ ਕਿਸੇ ਕੋਲ ਹੈ ਤਾਂ ਸ਼ਰਮਣੀ ਕਾਲ ਦੇ ਕੋਲ ਹੈ ਪਰ ਮਲੋਕਾ ਸਾਹਿਬ ਦੀ ਨੂੰ ਲੜਦੇ ਨੇ ਇਲੈਕਸ਼ਨ ਬੀਜੇਪੀ ਤੋਂ ਬੇਟਾ ਉਹਨਾਂ ਦਾ ਬੀਜੇਪੀ ਦਾ ਆਪ ਉਹਨਾਂ ਨੇ ਕੋਈ ਚੋਣ ਪ੍ਰਚਾਰ ਨਹੀਂ ਕੀਤਾ ਇਲੈਕਸ਼ਨ ਤੋਂ 2024 ਤੋਂ 2 ਦਿਨ ਪਹਿਲਾਂ ਉਹ ਇੱਕ ਵੀਡੀਓ ਪਾਉਂਦੇ ਨੇ ਕਿ ਦੇਖਦੇ ਪ੍ਰਧਾਨ ਮੰਤਰੀ ਬਹੁਤ ਵਧੀਆ ਨੇ ਤੇ ਉਹ ਉਹਦੇ ਗੱਲਾਂ ਤਰੀਫਾ ਉਹਨਾਂ ਦੀਆਂ ਕਰਨ ਕਹਿਣ ਕਿ ਅਕਾਲੀ ਦਲ ਬਚਾਉਣਾ ਤਾਂ ਸਿੱਧੇ ਸਿੱਧੇ ਰੂਪ ਦੇ ਸਮਝ ਆਉਂਦਾ ਕਿ ਇਹ ਕੀ ਹੋ ਰਿਹਾ ਇਹਦਾ ਮਤਲਬ ਜਿਹੜਾ ਅਸੀਂ ਕਿਹਾ ਕਿ ਇਹ 나ਗਪੁਰ ਅਕਾਲੀ ਦਲ ਬਣਾਉਣ ਲੱਗੇ ਨੇ ਜਿਹੜਾ ਅਸੀਂ ਕਹ ਰਹੇ ਕਿ ਬੀਜੇਪੀ ਅਕਾਲੀ ਦਲ ਅਤਾ ਹੈਗਾ ਸ਼੍ਰੋਮਣੀ ਕਾਲੀ ਦਲ ਜਿਹੜਾ 104 ਸਾਲ ਤੋਂ ਚੱਲ ਰਿਹਾ ਹੈ ਇਹ ਨਵਾਂ ਬਣ ਰਿਹਾ ਬੀਜੇਪੀ ਅਕਾਲੀ ਦਲ ਭਾਰਤੀ ਜਨਤਾ ਸਭ ਜਿਹੜੇ ਤੁਹਾਟੇ ਵਾਲੇ ਪੱਖ ਦੇ ਵਿੱਚ ਯਾ ਸ਼੍ਰੋਮਣੀ ਅਕਾਲੀ ਦਲ ਦੇ ਦੋ ਢੜਿਆਂ ਦੇ ਵਿੱਚ ਜਿਹੜੇ ਸਦਾ ਸੁਖਬੀ ਸਿੰਘ ਬਾਦਲ ਸਾਹਿਬ ਵਾਲੇ ਪਾਸੇ ਲੀਡਰ ਨੇ ਉਹ ਵੀ ਬਹੁਗਿਣਤੀ ਲੀਡਰ ਚਾਹੁੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਅਲਾਈਅੰਸ ਹੋਵੇ ਜੇ ਅੱਜ ਵੀ ਉਹਨਾਂ ਨੂੰ ਪੁੱਛਿਆ ਜਾਵੇ ਯਾ ਦਿੱਲੀੋਂ ਹਾਕ ਵੱਜੇ ਕਿ ਭਾਈ ਆਜੋ ਅਸੀਂ ਤਿਆਰ ਆ ਕਰਨ ਵਾਸਤੇ ਇੱਕ ਸੀਟ ਦੀ ਸਾਨੂੰ ਲੋੜ ਹੈ ਤੁਸੀਂ ਸਾਨੂੰ ਮਦਦ ਕਰੋ ਇੱਕ ਕੇਂਦਰ ਦੇ ਵਿੱਚ ਮਿਨਿਸਟਰੀ ਲੈ ਲਿਓ ਤਾਂ ਇਹ ਵੀ ਗੱਲ ਨਾਲੋ ਨਾਲ ਚੱਲਦੀ ਹੈ ਕਿ ਮਿੰਟ ਨਹੀਂ ਲਾਉਣਾ ਇੱਥੇ ਦੀ ਸਿਆਸਤ ਨਹੀਂ ਤਾਂ ਆਪਾਂ ਉਹਨੂੰ ਕਿਉਂ ਉਸ ਤਰੀਕੇ ਨਾਲ ਦੇਖ ਰਹੇ ਆ ਮੰਨ ਲਓ ਜੇ ਜਿਹੜੀ ਬੀਜੇਪੀ ਹੈ ਕਿ ਉਹ ਇੰਨੀ ਵੱਡੀ ਪਾਰਟੀ ਹੋ ਗਈ ਜਾਂ ਫਿਰ ਇੰਨਾ ਕੁਝ ਉਹ ਕਰ ਰਹੀ ਹੈ ਆਰਐਸਐਸ ਕਿ ਉਹ ਤੁਹਾਡੀ ਪਾਰਟੀ ਨੂੰ ਵੀ ਵਿੱਚ ਖਤਮ ਕਰਨ ਲੱਗੀ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਸਵਾਦ ਹੀ ਉਦੋਂ ਆਉਂਦਾ ਜਦੋਂ ਵਧੀਆ ਸਵਾਲ ਆਉਣ ਤੇ ਜਵਾਬ ਦੇਣ ਦਾ ਵੀ ਸਵਾਦ ਆਉਂਦਾ ਤਾਂ ਕਿ ਤੁਹਾਡੇ ਮਾਧਿਅਮ ਰਾਹੀਂ ਲੱਖਾਂ ਕਰੋੜਾਂ ਜਿਹੜੀ ਸੰਗਤ ਸੁਣ ਰਹੀ ਹੈ ਉਹਨਾਂ ਤੱਕ ਸਹੀ ਗੱਲ ਜਾਵੇ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਹੈ ਤੇ ਕੋਰ ਕਮੇਟੀ ਚ ਪਹਿਲੀ ਵਾਰ ਹੋਇਆ ਕਿ ਯੂਥ ਵਿੰਗ ਦਾ ਪ੍ਰਧਾਨ ਕੋਰ ਕਮੇਟੀ ਦਾ ਮੈਂਬਰ ਆ ਜੀ ਜਿਹੜੇ ਆਪਾਂ ਗੱਲ ਕਰ ਰਹੇ ਕਿ ਪਾਰਟੀ ਨੂੰ ਤਕੜਾ ਕਰਨ ਲਈ ਬਦਲਾਅ ਆਉਣੇ ਜ਼ਰੂਰੀ ਨੇ ਜੀ ਇਹ ਵੀ ਇੱਕ ਬਦਲਾਅ ਸੀ ਕਿ ਪਹਿਲੀ ਵਾਰ ਹੋਇਆ ਕਿ ਛੋਟੀ ਉਮਰ ਦਾ ਕੋਈ ਨੌਜਵਾਨ ਸ਼੍ਰੋਮਣੀ ਕਾਲਦਲ ਦੀ ਪਾਰਟੀ ਦੀ ਕੋਰ ਕਮੇਟੀ ਦੇ ਵਿੱਚ ਜਾ ਕੇ ਬੈਠਿਆ ਹੋਊਗਾ ਬਿਲਕੁਲ ਠੀਕ ਬਤੌਰ ਯੂਥ ਕਾਲਦ ਪ੍ਰਧਾਨ ਹੋਂਦ ਦੇ ਨਾਤੇ ਮੈਨੂੰ ਕੋਰ ਕਮੇਟੀ ਦਾ ਮੈਂਬਰ ਹੋਣ ਦਾ ਮੌਕਾ ਮਿਲਿਆ ਤੇ ਉਹ ਇੱਕ ਸਾਲ ਦੇ ਵਿੱਚ ਮੈਂ ਇਹ ਰੂਪ ਇਹਨਾਂ ਦਾ ਦੇਖਿਆ ਕਿੰਨੇ ਤਾਂ ਗੁੱਸੇ 'ਚ ਆ ਨਾ ਯੂਥ ਗੁੱਸੇ 'ਚ ਕਿਉਂ ਹੈ ਕਿੰਨਾ ਦਾ ਰੂਪ ਦੇ ਇਹ ਸਾਰੇ ਜਿਹੜਿਆ ਮਲੂਕਾ ਸਾਹਿਬ ਗਏ ਨੇ ਚੰਨੂ ਮજરા ਸਾਹਿਬ ਗਏ ਨੇ ਬੀਬੀ ਜੀ ਨੇ ਸਾਰਿਆਂ ਦਾ ਮੈਂ ਰੂਪ ਦੇਖੇ ਇਹਨਾਂ ਦਾ ਕਿ ਇਹਨਾਂ ਦਾ ਰੂਪ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਅੰਦਰ ਕੀ ਰੂਪ ਹੈ ਅੰਦਰ ਰੂਪ ਇਹ ਹੈ ਕਿ ਮਲੂਕਾ ਸਾਹਿਬ ਚੰਨੂ ਮજરા ਸਾਹਿਬ ਇਹ ਸਾਰੇ ਆਗੂ ਜਿਹੜੇ ਹੋਰ ਨਾਲ ਆਗੂ ਨੇ ਇਹ ਸਾਰੇ ਕਹਿੰਦੇ ਸੀ ਕਿ ਬੀਜੇਪੀ ਨਾ ਸਮਝਾਤਾ ਕਰੋ ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਝੂਠ ਨਹੀਂ ਬੋਲਦਾ ਭਾਵੇਂ ਕੋਈ ਮੇਰੀ ਗੱਲ ਨੂੰ ਜਿਵੇਂ ਮਰਜ਼ੀ ਲਵੇ ਕੋਈ ਕਹਿੰਦਾ ਜੀ ਇਹ ਇਹ ਯੂਥ ਵਿੰਗ ਦੇ ਪ੍ਰਧਾਨ ਨੇ ਤਾਂ ਪਾਰਟੀ ਪ੍ਰਧਾਨ ਦੀ ਤਾਰੀਫ ਕਰਦੇ ਨੇ ਕੋਈ ਕਹਿੰਦਾ ਜੀ ਇਹ ਇਹ ਚਮਚੇ ਨੇ ਜੀ ਕੋਈ ਕਹਿੰਦਾ ਕੁਝ ਨਹੀਂ ਜੀ ਪਰ ਜੇ ਉਸ ਕਾਲਪੁਰਖ ਦੀ ਹਾਜ਼ਰ ਨਾਜ਼ਰੀ ਮੰਨ ਕੇ ਕਹੀਏ ਮੈਨੂੰ ਨਹੀਂ ਪਤਾ ਅੰਦਰ ਕੀ ਆ ਬਾਹਰ ਕੀ ਆ ਪਰ ਜੋ ਕੋਰ ਕਮੇਟੀ ਦੇਖਿਆ ਉਹ ਸੱਚ ਬੋਲਦਾ ਇਹ ਸਾਰੇ ਲੀਡਰ ਕਹਿੰਦੇ ਸੀ ਕਿ ਬੀਜੇਪੀ ਨਾਲ ਸਮਝੌਤਾ ਕਰੋ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਸੀ ਕਿ ਬੀਜੇਪੀ ਨਾਲ ਡੱਕਾ ਸਮਝੌਤਾ ਨਹੀਂ ਕਰਨਾ ਉਹ ਤਾਂ ਇਥੇ ਤੋਂ ਕਹਿੰਦੇ ਸੀ ਯਾਰ ਤੁਹਾਨੂੰ ਡਰ ਕੀ ਆ ਯਾਰ ਮੈਂ ਵੀ ਕਾਰੋਬਾਰੀ ਆ ਮੈਂ ਵੀ ਬਿਜ਼ਨਸਮੈਨ ਆ ਮੇਰੇ ਤੇ ਵੀ ਈਡੀ ਦੀ ਸੀਬੀਆਈ ਦੀ ਆ ਹੋਰ ਦੂਜੀਆਂ ਤੀਜੀਆਂ ਜਿਹੜੀਆਂ ਏਜੰਸੀਆਂ ਨੇ ਉਹਦੇ ਤਲਵਾਰ ਲਟਕ ਸਕਦੀ ਆ ਮਿਰਦੀ ਪ੍ਰੈਸ਼ਰ ਕਰਦੇ ਨੇ ਅੱਛਾ ਇਸ ਗੱਲ ਦੀ ਤਿਆਰ ਸੀ ਪ੍ਰਧਾਨ ਸਾਹਿਬ ਮੈਂ ਕਿਹਾ ਬਿਲਕੁਲ ਉਹ ਕਹਿੰਦੇ ਯਾਰ ਜੋ ਮਰਜ਼ੀ ਕਰ ਲਵੇ ਭਗਵਾਨ ਤੁਮਨ ਜੋ ਮਰਜ਼ੀ ਕਰ ਲਵੇ ਦਿੱਲੀ ਵਾਲਾ ਜੋ ਮਰਜ਼ੀ ਕਰ ਲੈਣ ਮੈਂ ਤਾਂ ਮਨ ਨੂੰ ਪਰਵਾਹ ਨਹੀਂ ਯਾਰ ਐਡਾ ਬਿਜ਼ਨਸਮੈਨ ਹੋਣ ਦੇ ਨਾਤੇ ਤੁਸੀਂ ਕਿਉਂ ਡਰਦੇ ਹੋ ਯਾਰ ਤੁਸੀਂ ਕਿਉਂ ਡਰਦੇ ਹੋ ਬਿਨਾ ਤੁਸੀਂ ਕੱਲ ਸੁਣਨ ਪਈ ਜੀ ਬਿਨਾ ਪੰਥ ਦੀ ਗੱਲ ਕਰੇ ਪੰਥ ਦੀ ਗੱਲ ਕੀ ਹੈ ਬਿਨਾ ਬੰਦਾ ਸੰਬੰਦੀ ਸਿੰਘਾ ਦੀ ਰਿਹਾਈ ਬਿਨਾ ਪੰਜਾਬ ਦੇ ਮਸਲੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਮ ਕਮੇਟੀ ਤੋੜ ਦਿੱਤੀ ਗਈ ਹਰਿਆਣਾ ਗੁਰਦੁਆਰਾ ਪ੍ਰੰਧਮ ਕਮੇਟੀ ਉੱਤੇ ਉੱਤੇ ਸਿੱਧੀ ਆਰਐਸਐਸ ਦੇ ਇਹੋ ਜਿਹੇ ਮੈਂਬਰ ਲਾ ਜੋ ਮਨੇ ਕਹੇ ਤੇ ਮੈਂਬਰ ਜਿਹੜੇ ਨਾਮਿਨੇਟ ਕੀਤੇ ਨੇ ਉੱਥੇ ਹਰਿਆਣਾ ਦੇ ਵਿੱਚ ਜਿਹਨਾਂ ਦੇ ਅੱਧਿਆਂ ਨੇ ਅਮਰਤ ਵੀ ਨਹੀਂ ਛੱਕਿਆ ਹੋਇਆ ਕਹਿੰਦੇ ਪ੍ਰਧਾਨ ਸ਼ਰਾਬ ਪਿੰਦਾ ਉਮੀਦਵਾਰ ਪ੍ਰਧਾਨ ਚਿੱਟਾ ਪਿੰਦਾ ਆ ਫਲਾਣਾ ਫੀਮਖੰਦਾ ਮੈਂ ਨਹੀਂ ਕਹਿ ਰਿਹਾ ਉਸ ਕਮੇਟੀ ਲਈ ਸੰਘਰਸ਼ ਲੜਨ ਵਾਲੇ ਮੂਰੇ ਹੋ ਕੇ ਬਣਾਉਣ ਵਾਲੇ ਬਲਜੀਤ ਸਿੰਘ ਦਾਦੂਵਾਲ ਕਹਿੰਦੇ ਨੇ ਹੁਣ ਬੋਲਦਾ ਨਹੀਂ ਆ ਵੀਡੀਓ ਕੱਟ ਕੇ ਦੇਖ ਲਓ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਇਹ ਸਾਰੀ ਗੱਲਾਂ ਇਹ ਅੱਛਾ ਜੀ ਕਿ ਪ੍ਰਧਾਨ ਸ਼ਰਾਬ ਪਿੰਦਾ ਫਲਾਣਾ ਉਮੀਦਵਾਰ ਪ੍ਰਧਾਨ ਚਿੱਟਾ ਪਿੰਦਾ ਜਨਨ ਸਕੱਤਰ ਫੀਮਖੰਦਾ ਆ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਸ਼ੰਭੂ ਸ਼ੰਭੂ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਡਰੋਨ ਰਾਹੀਂ ਹਮਲੇ ਕਰਕੇ ਸਿੱਧੀਆਂ ਗੋਲੀਆਂ ਚਲਾਈਆਂ ਹਰਿਆਣਾ ਪੁਲਿਸ ਨੇ ਰਹਿੰਦੀ ਪਤਾ ਕਿੱਥੇ ਸੀ ਰਾਤ ਨੂੰ ਜਾ ਕੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਸ੍ਰੀ ਹਰਕ੍ਰਿਸ਼ਨ ਜੀ ਦੇ ਚੰਦਸ਼ੋ ਪ੍ਰਾਪਤ ਧਰਤੀ ਜਿੱਥੇ ਉਹਨਾਂ ਨੇ ਗੁੰਗੇ ਨੂੰ ਬੋਲਣ ਲਾ ਦਿੱਤਾ ਸੀ ਉੱਥੇ ਸਰਾਮਾਂ 'ਚ ਫੋਰਸ ਰਹਿੰਦੀ ਸੀ ਤੇ ਸੰਗਤ ਨੇ ਸਰਾਮਾਂ ਦੇ ਵਿੱਚੋਂ ਸ਼ਰਾਬ ਦੀਆਂ ਬੀੜੀਆਂ ਜਰਦੇ ਗੁਟਕੀਆਂ ਦੀਆਂ ਉਹ ਸਮਾਨ ਪੜਿਆ ਜਦੋਂ ਵਿਰੋਧ ਕੀਤਾ ਤਾਂ ਉਥੋਂ ਕੱਢੇ ਜਦੋਂ ਇਹ ਸਾਡੇ ਮਸਲੇ ਮਤਲਬ ਸਾਡੇ ਸੌਲਵ ਨਹੀਂ ਹੋ ਰਹੇ ਤਾਂ ਕਿਵੇਂ ਬੀਜਪੀ ਨਾਲ ਸਮਝੌਤਾ ਹੋ ਜੂਗਾ ਨਾ ਕੋਈ ਪੰਥ ਦਾ ਮਸਲਾ ਹੱਲ ਹੋ ਰਿਹਾ ਨਾ ਕੋਈ ਕੌਮ ਦਾ ਮਸਲਾ ਹੱਲ ਹੋ ਰਿਹਾ ਨਾ ਕੋਈ ਪੰਜਾਬ ਦਾ ਮਸਲਾ ਹੱਲ ਹੋ ਰਿਹਾ ਨਾ ਬੰਦੀ ਸਿੰਘਾਂ ਦੀ ਰਿਹਾਈ ਹੋ ਰਹੀ ਆ ਨਾ ਕਿਸਾਨਾਂ ਦੇ ਮਸਲੇ ਆ ਲੋਕੋ ਸਰਦਾਰ ਸੁਖ ਸਿੰਘ ਬਾਦਲ ਜੀ ਕਹਿੰਦੇ ਸਮਝੌਤਾ ਕਰਕੇ ਕਰੋਗੇ ਕੀ ਇਸ ਕਰਕੇ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਬੀਜਪੀ ਨਾਲ ਕੋਈ ਸਮਝੌਤਾ ਕੋਈ ਸੀਟਾਂ ਦਾ ਰੌਲਾ ਨਹੀਂ ਸੀ ਕੋਈ ਤੁਸੀਂ ਕਿਹਾ ਨਾ ਤੁਸੀਂ ਸਵਾਲ ਕੀਤਾ ਕਿ ਜੇ ਜੇ ਅੱਜ ਵਜ਼ੀਰੀ ਦੇ ਦੇਣ ਤਾਂ ਤੁਸੀਂ ਨਾਲ ਚਲੇ ਜਾਓਗੇ ਵਜ਼ੀਰੀ ਛੱਡ ਕੇ ਵੀ ਇਹੀ ਆਏ ਸੀ ਸਮਝੌਤਾ ਵੀ ਤੋੜਿਆ ਸੀ ਅੱਜ ਵੀ ਅੱਧੀ ਬੀਜੇਪੀ ਬੀਜੇਪੀ ਤਾਂ ਸਾਰਿਆਂ ਨੂੰ ਕਿ ਜਦੋਂ ਹੋਮ ਮਿਨਿਸਟਰ ਦਾ ਬਿਆਨ ਆਗਾ ਕਿ ਕਾਲ ਜਲਸੇ ਬਾਤ ਚੱਲ ਰਹੀ ਆ ਬੀਜੇਪੀ ਸਾਰੀ ਚਾਹੁੰਦੀ ਸੀ ਆ ਅੱਗੂ ਚਾਹੁੰਦੇ ਸੀ ਪਰ ਸਰਦਾਰ ਸੁਖਬੀ ਸਿੰਘ ਬਾਦਲ ਨੇ ਕਹੜੇ ਸੀ ਕੰਨੇ ਯਾਰ ਸੀਟ ਆਵੇ ਨਾ ਆਵੇ ਬੋਟਾਂ ਪਹਿਣ ਨਾ ਪਹਿਣ ਜੋ ਨੁਕਸਾਨ ਵੀ ਹੋਊਗਾ ਚੱਲਣ ਨੂੰ ਤਿਆਰ ਆ ਪਰ ਲੰਬੇ ਸਮੇਂ ਲਈ ਮੈਂ ਇਹ ਕੌਮ ਦੀ ਇਹ ਸ਼ੀਦਾਂ ਦੀ ਜਥੇਬੰਦੀ ਆ ਮੈਂ ਦਿੱਲੀ ਇਹ ਗੱਲ ਲੰਬੀ ਨਹੀਂ ਪਾ ਸਕਦਾ ਇਹ ਬਿਆਨ ਸੀਗੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਕੋਰ ਕਮੇਟੀ ਦੇ ਵਿੱਚ ਤੇ ਮੈਂ ਵੀ ਇੱਕ ਟਾਂਕ ਕੇ ਕਿਹਾ ਸੀ ਕਿ ਪ੍ਰਧਾਨ ਜੀ ਸਾਰਾ ਯੂਥ ਸਾਰੇ ਤੁਹਾਡੇ ਨਾਲ ਡਟ ਕੇ ਖੜਾਗੇ ਵੋਟਾਂ ਨਹੀਂ ਪਈਆਂ ਕੋਈ ਗੱਲ ਨਹੀਂ ਵੋਟਾਂ ਨਾ ਪੈਣ ਦੀ ਉਹ ਗੱਲ ਹੋਰ ਹੁੰਦੀ ਆ ਵੋਟ ਦੋ ਤਰੀਕੇ ਨਾਲ ਪਈ ਇੱਕ ਮੋਦੀ ਹੱਕ ਪਈ ਇੱਕ ਮੋਦੀ ਦੇ ਖਿਲਾਫ ਪਈ ਅਸੀਂ ਕਿਸੇ ਫਰੇਮ 'ਚ ਨਹੀਂ ਆਏ ਨਹੀਂ ਇਹਦੇ ਨਾਲ ਇੱਥੇ ਵੀ ਤੁਹਾਡੇ ਨਾਲ ਡਿਫਰ ਕਰਦਾ ਜਿਹੜਾ ਉਹ ਧੜਾ ਇਸ ਵੇਲੇ ਬਾਕੀ ਉਹ ਕਹਿ ਰਿਹਾ ਵੋਟਾਂ ਸਾਨੂੰ ਇਸ ਕਰਕੇ ਨਹੀਂ ਪਈਆਂ ਅਸੀਂ ਆਪਣੀ ਸਰਕਾਰ ਵੇਲੇ ਕੁਝ ਇਹੋ ਜੀਆਂ ਗੱਲਾਂ ਕੀਤੀਆਂ ਚਾਹੇ ਉਹ ਡੀਜੀਪੀ ਅਲਾਉਂਡ ਦਾ ਮਾਮਲਾ ਹੋਵੇ ਚਾਹੇ ਉਹ ਇਜ਼ਹਾਰ ਆਲਮ ਨੂੰ ਪਾਰਟੀ ਸ਼ਾਮਲ ਕਰਨ ਦਾ ਮਾਮਲਾ ਹੋਵੇ ਚਾਹੇ ਡੇਰਾ ਮੁਖੀ ਦੇ ਕੇਸ ਵਾਪਸ ਕਰਨ ਦੀ ਗੱਲ ਹੋਵੇ ਤੇ ਚਾਹੇ ਫਿਰ ਉਸ ਵੇਲੇ ਬੇਅਦਬੀਆਂ ਜਾਂ ਫਿਰ ਗੋਲੀਕਾਂਡ ਮਾਮਲੇ ਦਾ ਇਨਸਾਫ ਨਾ ਦੇਣ ਦੀ ਗੱਲ ਹੋਵੇ ਇਹਨਾਂ ਸਾਰਾ ਕਰਕੇ ਅਸੀਂ ਡਾਊਨ ਆਏ ਹਾਂ ਨਾ ਕਿ ਬੀਜੇਪੀ ਦੇ ਨਾਲ ਅਲਾਈਅੰਸ ਕਰਨ ਜਾਂ ਨਾ ਕਰਨ ਕਰਕੇ ਮੋਦੀ ਵੇਵ ਜਾਂ ਮੋਦੀ ਦੇ ਵੇਵ ਦੇ ਖਿਲਾਫ ਜਿਹੜੀ ਤੱਕ ਇਹਦੇ ਕਰਕੇ ਆਏ ਹਾਂ ਅਸੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜਿਹੜੀ 2024 ਦੇ ਵੋਟਾਂ ਹੋਈਆਂ ਪੂਰਾ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਬਹੁਤ ਵੱਡੇ ਪੱਧਰ ਤੇ ਯਾ ਤਾਂ ਮੋਦੀ ਨੂੰ ਜਿਤਾਉਣ ਲਈ ਇੱਕ ਧਿਰ ਲੱਗੀ ਹੋਈ ਸੀ ਜੀ ਜਾਂ ਇੱਕ ਧਿਰ ਹਰਾਉਣ ਲਈ ਲੱਗੀ ਹੋਈ ਸੀ ਤੁਸੀਂ ਦੇਖੋ 15 ਪਾਰਟੀਆਂ ਪੂਰੇ ਭਾਰਤ ਵਿੱਚ ਇਹੋ ਜੀਆਂ ਸੀਗੀਆਂ ਜਿਹੜੀਆਂ ਨਾ ਮੋਦੀ ਵਾਲੇ ਪਾਸ ਐਨਡੀਆ ਵਿੱਚ ਸੀਗੀਆਂ ਨਾ ਇੰਡੀਆ ਵਿੱਚ ਸੀਗੀਆਂ ਜੀ ਉਹ 15 ਨੇ 15 ਹਾਰ ਗਈਆਂ ਕੋਈ ਸਿੱਟ ਨਹੀਂ ਮਿਲੀ ਯਾ ਤਾਂ ਸਿੱਟਾਂ ਮਿਲੀਆਂ ਮੋਦੀ ਦੇ ਖਿਲਾਫ ਵਾਲਿਆਂ ਨੂੰ ਯਾ ਮੋਦੀ ਦੇ ਹੱਕ ਵਾਲਿਆਂ ਨੂੰ ਇਹ ਗੱਲ ਤਾਂ ਕਲੀਅਰ ਹੈ ਕਿ ਇਸ ਵਾਰ ਸਪਸ਼ਟ ਸੀ ਅਸ ਮੈਂ ਇੱਕ ਸਵਾਲ ਪੁੱਛਦਾ ਸੀ ਇਹਨਾਂ ਨੂੰ ਮੈਂ ਇੱਕ ਗੱਲ ਦੱਸੋ ਪੰਜਾਬ ਚਾਉ ਯਾਤਰਾ ਸਾਰੇ ਪੰਜਾਬ ਚ ਹੋਈ ਯੂਥ ਮਿਲਣੀਆਂ ਮੈਂ ਕਟੋਕੜ 70 ਤੋਂ ਵੱਧ ਹਲਕਿਆਂ ਦੇ ਯੂਥ ਮਿਲਣੀਆਂ ਕਰਕੇ ਆਇਆ ਬਿਲਕੁਲ ਠੀਕ ਹੈ ਜੀ ਪ੍ਰਧਾਨ ਸਾਹਿਬ ਨੇ ਲਗਭਗ 80% ਪੰਜਾਬ ਸਾਰਾ ਕਢ ਤੇ ਆ ਪੰਜਾਬ ਚਾਉ ਯਾਤਰਾ ਦੇ ਵਿੱਚ ਉਹ ਤੋਂ ਬਾਅਦ ਚੋਣ ਕੰਪੇਨ ਚੱਲੀ ਮੈਂ ਇਹਨਾਂ ਨੂੰ ਸਵਾਲ ਪੁੱਛਦਾ ਵੀ ਕਿਤੇ ਇੱਕ ਵੀ ਸਵਾਲ ਕੋਈ ਆਇਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੀਡਰਸ਼ਿਪ ਨੂੰ ਲੈ ਕੇ ਨੀਤੀ ਨੂੰ ਲੈ ਕੇ ਪਰ ਝੁੰਦਾ ਸਭ ਦੀ ਕਮੇਟੀ ਦੇ ਵਿੱਚ ਇਹ ਗੱਲ ਆਈ ਸੀਗੀ ਪ੍ਰਧਾਨ ਬਦਲਣ ਨੂੰ ਲੈ ਕੇ ਉਹ ਵਰਕਰਾਂ ਦੀ ਗੱਲ ਸੀ ਜੀ ਦੇਖੋ ਝੁੰਦਾ ਕਮੇਟੀ ਨਾ ਤਾਂ ਮੈਂ ਪੜੀ ਆ ਜੀ ਨਾ ਮੈਂ ਝੁੰਦਾ ਕਮੇਟੀ ਦਾ ਮੈਂਬਰ ਸੀ ਝੁੰਦਾ ਕਮੇਟੀ ਦੀ ਸੁਣੀਆਂ ਸੁਣੀਆਂ ਗੱਲਾਂ ਜਿੰਨੀਆਂ ਆਉਂਦੀਆਂ ਨੇ ਉਹ 13 ਨਿਕਾਤੀ ਪ੍ਰੋਗਰਾਮ ਪ੍ਰਧਾਨ ਸਾਹਿਬ ਨੇ ਲਾਗੂ ਕਰਤਿਆ ਸੀ ਜਿਹਦੇ ਚ ਕਹੇ ਸੀ ਕਿ ਇੱਕ ਇੱਕ ਪਰਿਵਾਰ ਨੂੰ ਇੱਕ ਟਿਕਟ ਜੀ ਨੌਜਵਾਨਾਂ ਦਾ ਆਗੂ ਤੇ ਇਸਤਰੀ ਵਿੰਗ ਦੀ ਆਗੂ ਕੋਰ ਕਮੇਟੀ ਦੇ ਮੈਂਬਰ ਹੋਣਗੇ ਉਹ ਦੋਏ ਪਾਸੇ ਹਰ ਜੀ ਤਬਦੀਲੀ ਹੋ ਰਹੀ ਹੈ ਕਿ ਨਵੇਂ ਨੌਜੋਨਾਂ ਨੂੰ ਅੱਗੇ ਲੈ ਕੇ ਆਵਾਂਗੇ ਨੌਜੋਨਾਂ ਅੰਦਰ ਵਿੱਚ ਗੱਲ ਕਹੀ ਗਈ ਸੀ ਕਿ ਜਿਹੜੀ ਲੀਡਰਸ਼ਿਪ ਹੈ ਜਿਹੜੀ ਇਸ ਵੇਲੇ ਮੌਜੂਦਾ ਹੈਗੀ ਹੈ ਜਿਹੜੀ ਇਸ ਵੇਲੇ ਸਿਖਰ ਦੇ ਉੱਤੇ ਬੈਠੀ ਉਹਨੂੰ ਸਾਰਿਆਂ ਨੂੰ ਚੇਂਜ ਕਰਨ ਦੀ ਲੋੜ ਹੈ ਲੋਕ ਨਹੀਂ ਚਾਹੁੰਦੇ ਨਾ ਸਾਰਿਆਂ ਨੂੰ ਕਿਉਂਕਿ ਤੁਸੀਂ 2024 ਦੀ ਗੱਲ ਕਰ ਲਈ ਚੇਂਜ ਸਭ 2022 ਦੀ ਆਪਾਂ ਗੱਲ ਕਰੀਏ 2019 ਦੀ ਆਪਾਂ ਗੱਲ ਕਰੀਏ ਕਿਹਨਾਂ ਨੂੰ ਚਾਹੁੰਦੇ ਇੱਕ ਇੱਕ ਗੱਲ ਸੁਣੋ ਜੀ ਕਿਹਨਾਂ ਨੂੰ ਨਹੀਂ ਚਾਹੁੰਦੇ ਗੱਲ ਇਹ ਹੈ ਵੀ ਜਿਹੜੇ ਆਗੂ ਕਹਿੰਦੇ ਨੇ ਕਿ ਲੀਡਰਸ਼ਿਪ ਚਾਹੁੰਦੇ ਮੈਂ ਤੁਹਾਨੂੰ ਇੱਕ ਇੱਕ ਉਦਾਹਰਨ ਦਿੰ ਉਹ ਸਤਕਾਰਯੋਗ ਨੇ ਵੱਡੇ ਲੀਡਰ ਨੇ ਤੇ ਮੇਰੀ ਗੱਲ ਦਾ ਕਿਹਾ ਉਹਨਾਂ ਦੇ ਅੱਗੇ ਬੰਦੇ ਗੁੱਸਾ ਵੀ ਕਰਦੇ ਨੇ ਪਰ ਇੱਕ ਗੱਲ ਦੱਸੋ ਉਹ ਕਹਿੰਦੇ ਅਸੀਂ ਲੀਡਰਸ਼ਿਪ ਕਰਕੇ ਹਾਰ ਗਏ ਚੰਦੂ ਮજરા ਸਾਹਿਬ ਕੋਲ ਇਹ ਬਿਆਨ ਇਹ ਕੋਈ ਜਵਾਬ ਹੈ ਚੰਦੂ ਮજરા ਸਾਹਿਬ ਮਹਾਲੀ ਰਹਿੰਦੇ ਨੇ ਇੱਥੇ ਦੋ ਪੇਜ ਦੇ ਵਿੱਚ ਜਿਹੜੀ ਬਾੜ ਦੇ ਵਿੱਚ ਰਹਿੰਦੇ ਨੇ 1100 ਵੋਟ ਆ ਤੇ 1100 ਵੋਟ ਦੇ ਵਿੱਚੋਂ 32 ਵੋਟਾਂ ਪਈਆਂ ਉਹਨਾਂ ਨੂੰ ਅੱਛਾ ਔਨ ਰਿਕਾਰਡ ਹੈ ਜੀ ਔਨ ਰਿਕਾਰਡ ਕਰ ਰਿਹਾ ਮੈਂ 1100 ਵੋਟ ਵਿੱਚੋਂ 32 ਵੋਟਾਂ ਪਈਆਂ ਨੇ ਇਹਦੇ ਜੋ 15 ਵੋਟਾਂ ਉਹਦੇ ਘਰ ਦੀਆਂ ਨੇ ਮਤਲਬ ਆਂਡ ਗੌਂਡ ਜਿਹੜੇ ਚਾਚੇ ਤਾਏ ਵਿੱਚ ਲਾ ਕੇ ਪਰਿਵਾਰ ਲਾ ਕੇ ਇਹਦਾ ਮਤਲਬ 1100 ਚੋਂ ਸਿਰਫ 15 ਵੋਟਾਂ ਪਈਆਂ ਉਹਨਾਂ ਨੂੰ 15 ਵੀ ਸ਼ਾਇਦ ਹੋ ਸਕਦਾ ਉਹਨੇ ਮੁਲਾਜ਼ਮ ਹੋਣ ਕਰਦੇ ਇਹਦਾ ਮਤਲਬ ਆਪਾਂ ਨੂੰ 0 ਵੋਟ ਪਈ ਪਰ ਇਹ ਇਹ ਫਿਰ ਇਹਦਾ ਮਤਲਬ ਸਪਸ਼ਟ ਸੰਕੇਤ ਹੈ ਕਿ ਚੰਦੂ ਮજરા ਸਾਹਿਬ ਹੁਣ ਉਹ ਕਹਿੰਦੇ ਨੇ ਕਿ ਮੈਂ ਅਕਾਲੀ ਦਲ ਬਚਾਉਣਾ ਇਹਦਾ ਮਤਲਬ ਲੋਕ ਤਾਂ ਕਹਿੰਦੇ ਨੇ ਲੋਕਾਂ ਦਾ ਨਕਾਰੇ ਇਹ ਨੇ ਪਰ ਉਹਨਾਂ ਦੇ ਪਿੰਡ ਹੈ ਪਿੱਛੇ ਚੰਦੂ ਮજરા ਜੀ ਇੱਥੇ ਮਾਲੀ ਰਹਿੰਦੇ ਨੇ ਉਹ ਜੀ ਪਿੰਡਾਂ ਪਿੱਛੇ ਚੰਦੂ ਮજરા ਉੱਥੇ ਕਢਾ ਕੇ ਦੇਖ ਲਓ 8 ਪਰ ਉਹ ਕਹਿੰਦੇ ਬਾਦਲ ਸਾਹਿਬ ਨੂੰ ਸਾਰੇ ਪੰਜਾਬ ਚ ਜਾਣਾ ਚਾਹੀਦਾ ਸੀਗਾ ਇੱਕ ਸੀਟ ਤੇ ਕਿਉਂ ਕੇਂਦਰਿਤ ਕਰ ਲਿਆ ਬਠਿੰਡਾ ਸੀਟ ਦੇ ਉੱਤੇ ਸਾਰੀ ਲੀਡਰਸ਼ਿਪ ਲਾ ਦਿੱਤੀ ਸਭ ਤੋਂ ਵੱਧ ਜੀ ਜੇ ਪ੍ਰਚਾਰ ਕੀਤਾ ਤਾਂ ਇੱਥੇ ਕੀਤਾ ਆਨੰਦਪੁਰ ਸਾਹਿਬ ਚ ਇੱਕ ਬੰਦਾ ਵੀ ਕੋਈ ਜੁਆਇਨ ਕਰਾਉਣਾ ਹੁੰਦਾ ਸੀ ਜੀ ਤਾਂ ਪ੍ਰਧਾਨ ਸਾਹਿਬ ਨੂੰ ਹਾਲਾਂਕਿ ਬੰਦੇ ਕੋਲ ਚਾਹ 15 ਵੋਟਾਂ ਹੋਣ ਪਰ ਚੰਦੂ ਮਾਰਾ ਸਾਹਿਬ ਬੜਾ ਵੱਡਾ ਪੇਸ਼ ਕਰਕੇ ਲੈ ਕੇ ਜਾਂਦੇ ਸੀ ਕਿ ਇਹ ਬੰਦੇ ਨਾਲ ਤਾਂ ਮੇਰਾ ਪਤਨੇ ਲੱਕ ਹੀ ਹਿੱਲ ਜਾਣਾ ਉਦੋਂ ਤੱਕ ਤਾਂ ਪ੍ਰਧਾਨ ਸਾਹਿਬ ਬਹੁਤ ਠੀਕ ਸੀ ਅੱਜ ਵੀ ਜੇ ਚੰਨੂ ਮੈਰਾ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਲੈ ਸਾਰੀਆਂ ਗੱਲਾਂ ਮੰਨਣ ਤਾਂ ਸਾਰਾ ਕੁਝ ਠੀਕ ਹੈ। ਇਹ ਕੀ ਮਨਾਉਣਾ ਚਾਹੁੰਦੇ ਨੇ ਪ੍ਰਧਾਨ ਸਾਹਿਬ ਤੋਂ? ਦੇਖੋ ਇਹ ਤਾਂ ਹੁਣ ਜਾਂ ਤਾਂ ਉਹ ਦੱਸ ਸਕਦੇ ਨੇ ਪਰ ਸਾਡੇ ਮੁਤਾਬਕ ਤੁਸੀਂ ਕੋਰ ਕਮੇਟੀ 'ਚ ਹੈ ਤੁਹਾਨੂੰ ਪਤਾ ਹੋਏਗਾ ਉਹ ਕੀ ਮੰਗਦੇ ਸੀ। ਇੱਕ ਤਾਂ ਉਹਨਾਂ ਨੂੰ ਇਸ ਗੱਲ ਦਾ ਬੜਾ ਅਵਜੋਗ ਹੈ ਕਿ ਤੁਸੀਂ ਭਾਜਪਾ ਨਾਲ ਸੌਜੋਤਾ ਕਿਉਂ ਨਹੀਂ ਕੀਤਾ? ਮੈਂ ਸਪਸ਼ਟ ਕਹਿ ਰਿਹਾ ਹਾਂ। ਠੀਕ ਹੈ। ਕਿ ਭਾਜਪਾ ਨਾਲ ਸੌਜੋਤਾ ਕਿਉਂ ਨਹੀਂ ਕੀਤਾ ਚੰਨੂ ਮੈਰਾ ਸਾਹਿਬ ਨਾਰਾਜ਼ ਹੋ ਕੇ ਘਰੇ ਬਹਿ ਗਏ ਸੀ। ਅੱਛਾ ਜੀ। ਮੁੜ ਕੇ ਪ੍ਰਧਾਨ ਸਾਹਿਬ ਮਨਾ ਕੇ ਲੈ ਕੇ ਗਏ ਮਤਾ ਟਿਕਣ ਤੱਕ ਸਾਹਬ ਤੇ ਕੋਈ ਆ ਜਾ। ਇਲੈ ਆ ਹੁਣ ਵੀ ਦਿੱਲੀ ਬڑے ਚੱਕਰ ਸਾਡੇ ਮੁਤਾਬਕ ਤਾਂ ਸਾਡੇ ਕੋਲ ਜਿਹੜੀਆਂ ਜਾਣਕਾਰੀਆਂ ਆ ਰਹੀਆਂ ਬڑے ਚੱਕਰ ਚੱਲ ਰਹੇ ਨੇ ਸਾਰਾ ਕੁਝ ਇਹ ਜਿੰਨ ਸਾਰਾ ਕੁਝ ਬਾਹਰ ਆ ਜਾਣਾ ਸਾਡਾ ਦਿਲ ਨਹੀਂ ਕਰਦਾ ਕਿ ਜਿਹੜੇ ਜਿਨ੍ਹਾਂ ਨੇ ਇੰਨੀ ਉਮਰ ਪਾਰਟੀ ਨਾਲ ਲਾਈ ਆ ਕਿ ਉਹਨਾਂ ਦੇ ਖਿਲਾਫ ਬੋਲੀਏ ਚੰਦੂ ਮੈਰਾ ਸਾਹਿਬ 40 ਸਾਲ 50 ਸਾਲ ਦੀ ਉਹਦੀ ਪੋਲਿਟਿਕਸ ਹੋ ਗਈ ਤੇ ਜਿੱਤੇ ਐਮਐਲਏ ਪਤਾ ਕਿੰਨੀ ਵਾਰ ਬਣੇ ਨੇ ਇੱਕ ਵਾਰ ਇੱਕ ਵਾਰ ਐਮਐਲਏ ਬਣੇ ਨੇ 1985 ਦੇ ਵਿੱਚ ਤੇ ਉਦੋਂ ਵੀ ਜਦੋਂ ਬਲੈਕ ਥੰਡਰ ਹੋਇਆ ਸੀ ਇਹ ਮੰਤਰੀ ਸੀਗੇ ਇਹਨਾਂ ਨੇ ਸਤੀਫਾ ਨਹੀਂ ਦਿੱਤਾ ਸੀ ਨਾਲ ਖੜਕੇ ਸੀ ਬਰਨਾਲਾ ਸਾਹਿਬ ਦਾ ਜਿਹੜੀ ਹੁਣ ਆ ਆ ਹੁਣ ਨਵੀਂ ਜਾੜ ਕਰੀ ਸਾਡੇ ਕੋਲ ਪਹੁੰਚੀ ਹੈ ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਸੋ ਆਪਾਂ ਸਾਰੀ ਉਮਰ ਦੀ ਇੱਕ ਵਾਰ ਐਮਐਲਏ ਬਣੇ ਠੀਕ ਹੈ ਫਿਰ ਇਹ ਗੱਲ ਕਰਦੇ ਨੇ ਪਰਿਵਾਰਵਾਦ ਦੀ ਕੀ ਗੱਲ ਸਾਡੇ ਵਰਗੇ ਜਿਹੜੇ ਨੌਜਵਾਨ ਜਿਹੜੇ ਆਮ ਕ੍ਰਾਂਤੀ ਪੁੱਤ ਨੇ ਉਹ ਨਹੀਂ ਅੱਗੇ ਆਉਣੇ ਚਾਹੀਦੇ ਇਹਨਾਂ ਟਿਕਟ ਦਵਾਈ ਤਾਂ ਆਪਣੇ ਮੁੰਡੇ ਨੂੰ ਦਵਾਈ ਹੋਰ ਇਹਨਾਂ ਗੱਲ ਸਾਰੀ 40 ਸਾਲ ਦੇ ਵਿੱਚ ਕੋਈ ਕੋਈ ਇਹਨਾਂ ਗੱਲ ਵਰਕਰ ਹੀ ਨਹੀਂ ਜੁੜਿਆ ਵੀ ਜੇ ਕਿਸੇ ਨੂੰ ਟਿਕਟ ਦਵਾਈ ਹੋਵੇ ਟਿਕਟ ਕਿਹਨੂੰ ਦਵਾਈ ਆਪਣੇ ਅੱਜ ਵੀ ਇਹੀ ਚਾਹੁੰਦੇ ਨੇ ਕਿ ਮੇਰੇ ਸਾਡੇ ਜਵਾਕਾਂ ਨੂੰ ਟਿਕਟਾਂ ਦੇ ਦਿਓ ਸਾਨੂੰ ਲੰਬੜਦਾਨੀਆਂ ਦੇ ਦਿਓ ਦੋ ਚਾਰ ਜ਼ਿਲ੍ਹਿਆਂ ਦੀ ਸਾਨੂੰ ਪ੍ਰਧਾਨਗੀ ਜੀ ਤੋਂ ਤਾਂ ਸਾਰਾ ਕੁਝ ਠੀਕ ਹੈ ਲੋਕ ਜਿਹੜੇ ਆਮ ਲੋਕ ਨੇ ਚਿੰਝਰ ਸਾਹਿਬ ਉਹ ਇਹੀ ਗੱਲ ਕਹਿੰਦੇ ਨੇ ਕਿ ਇਹਨਾਂ ਸਾਰੇ ਲੀਡਰਾਂ ਨੇ ਆਪਣੀ ਆਪਣੀ ਕੀਤੀ ਹਰ ਇੱਕ ਨੇ ਚਲਾਈ ਹੈ ਹੁਣ ਤੁਸੀਂ ਵੀ ਇਹ ਗੱਲ ਕਰ ਰਹੇ ਹੋ ਦੇਖੋ ਦੁੱਖੜਾ ਸਾਰਾ ਤਾਂ ਸੇਮ ਹੀ ਹੈ ਤਾਂ ਇਸ ਗੱਲ ਨੂੰ ਲੈ ਕੇ ਕੋਈ ਚੇਂਜ ਕੌਣ ਕਰੂਗਾ ਸਵਾਲ ਤਾਂ ਇਹ ਹੈ ਨਾ ਕਿ ਹੁਣ ਲੋਕ ਤਾਂ ਇਹ ਚਾਹੁੰਦੇ ਨੇ ਕਿ ਯਾਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਦਰਨਕਾਰਦੇ ਉਹ ਕਹਿੰਦੇ ਨੇ ਪਰ ਜਿਹੜੀ ਲੀਡਰਸ਼ਿਪ ਇਸ ਵੇਲੇ ਮੂਰੇ ਲੱਗੀ ਹੋਈ ਹੈ ਇਹ ਤੋਂ ਉਹ ਆਵਾਜ਼ਾਰ ਨੇ ਲੋਕ ਮੈਂ ਮੈਂ ਵੀ ਤਾਂ ਉਹੀ ਗੱਲ ਕਰ ਰਹੇ ਹਾਂ ਕਿ ਜਿਹੜੇ ਇਹ ਸਤਕਾਰਯੋਗ ਆਗੂ ਨੇ 75 75 ਸਾਲ ਦੇ ਹੁਣ ਹੋ ਗਏ ਹੁਣ ਨਵੇਂ ਨੂੰ ਮੌਕਾ ਦੇਣਾ ਚਾਹੀਦਾ ਅਸਾਂ ਸਾਰਿਆਂ ਨੂੰ ਘਰੇ ਭੇਜਿਆ ਜਾਣਾ ਚਾਹੀਦਾ ਤੁਹਾਡੇ ਮੁਤਾਬਕ ਨਹੀਂ ਮੈਂ ਕਹਿੰਦਾ ਵੀ ਇਹਨਾਂ ਨੂੰ ਹੁਣ ਪਾਰਟੀ ਦਾ ਸਰਪ੍ਰਸਤ ਬਣ ਕੇ ਪਾਰਟੀ ਦੀ ਮਾਰਗਦਰਸ਼ਨ ਕਰਨਾ ਚਾਹੀਦਾ ਨੌਜਵਾਨ ਨੂੰ ਸੇਧ ਦੇਣੇ ਪਰ ਇਹ ਸੇਧ ਕੀ ਦੇ ਕੇ ਜਾ ਰਹੇ ਨੇ ਸਰਪ੍ਰਸਤ ਦੀ ਤੁਸੀਂ ਸੁਣਦੇ ਨਹੀਂ ਨਾ ਸਰਪ੍ਰਸਤ ਕਹਿੰਦੇ ਮੈਨੂੰ ਸਰਪ੍ਰਸਤ ਬਣਾਇਆ ਸੁਣਿਆ ਹੀ ਨਹੀਂ ਮੈਨੂੰ ਦੇਖੋ ਸੇਧ ਕੀ ਦੇ ਰਹੇ ਨੇ ਸੇਧ ਦੇ ਰਹੇ ਨੇ ਸਾਡੇ ਯੂਥ ਵਿੰਗ ਨੂੰ ਕਿ ਸਾਰੀ ਉਮਰ ਪਾਰਟੀ ਦੇ ਨਜ਼ਾਰੇ ਲਾਓ ਘਾਣ ਕਰੋ ਆਪਣੇ ਧੜੇ ਕਾਇਮ ਕਰੋ ਅਕਾਲੀ ਦਲ ਦੇ ਵਰਕਰਾਂ ਨੂੰ ਮਾਰੋ ਜਿਹੜਾ ਤਾਂ ਇਹਨਾਂ ਦੇ ਗੁੱਡੀ ਹੱਥ ਲਾ ਗਿਆ ਜਿਹੜਾ ਤਾਂ ਇਹਦੀ ਚਮਚਾਗਰੀ ਕਰ ਗਿਆ ਉਹ ਤਾਂ ਬੱਲੇ ਬੱਲੇ ਬਹੁਤ ਵਧੀਆ ਬਹੁਤ ਵਧੀਆ ਜਿਹੜਾ ਕੋਈ ਪਾਰਟੀ ਦੀ ਗੱਲ ਕਰ ਗਿਆ ਉਹਨੂੰ ਠੋਕਣ ਲਾਇ ਜਾਂਦੇ ਨੇ ਐਡੀ ਲੰਬੀ ਲਿਸਟ ਆ ਮੇਰੇ ਕੋਲ ਕੂਕਾ ਮਾਰਦੇ ਨੇ ਲੋਕ ਤੜਫਾਏ ਪਏ ਨੇ ਇਹਨਾਂ ਨੇ ਆ ਬੀਬੀ ਜ਼ਗੀਰ ਕੁਰਜੀ ਦੀ ਗੱਲ ਦੱਸਦਾ ਮੈਂ ਜੀ ਸਤਕਾਰਯੋਗ ਨੇ ਪ੍ਰਧਾਨ ਬਣਾ ਕੇ ਰੱਖੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਉਹਨਾਂ ਦੇ ਹਲਕੇ ਦੇ ਵਿੱਚ ਇੱਕ ਨੌਜਵਾਨ ਨੂੰ ਅਸੀਂ ਯੂਥ ਵਿੰਗ ਦਾ ਉਹਦਾ ਦਿੱਤਿਆ ਤੇ ਜਦੋਂ ਬੀਬੀ ਨਾਰਾਜ਼ ਸੀਗੇ ਉਹਨੇ ਹਜ਼ਾਰ ਮੁੰਡਾ ਇਕੱਠਾ ਕਰਕੇ ਬੜਾ ਵਧੀਆ ਪ੍ਰ ਤੇ ਜਦੋਂ ਪਾਰਟੀ 'ਚ ਵਾਪਸ ਆਏ ਪਹਿਲੀ ਸ਼ਰਤ ਇਹ ਸੀ ਕਹਿੰਦੇ ਇਹਨੂੰ ਕੱਢੋ ਫਿਰ ਤੁਸੀਂ ਕੱਢਿਆ ਇੱਕ ਸੁਣੋ ਗੱਲ ਇਹ ਕਹਿੰਦੇ ਹਲੇ ਪੰਥਕ ਨੇ ਸੋਹਣ ਸਿੰਘ ਠੰਡਲ ਜੀ ਆਨ ਰਿਕਾਰਡ ਗੱਲਾਂ ਨੇ ਤੁਸੀਂ ਪੁੱਛ ਵੀ ਲਿਓ ਫੋਨ ਕਰਕੇ ਉਹਨਾਂ ਨੂੰ ਠੰਡਲ ਸਾਹਿਬ ਉਹ ਨੌਜਵਾਨ ਦੇ ਲੰਘੇ ਜਾਂਦੇ ਉਹਨੂੰ ਫੋਨ ਮਾਰ ਲਿਆ ਕਿ ਤੇਰੇ ਘਰੇ ਚਾਹ ਪੀ ਕੇ ਜਾਂਦੇ ਆ ਕਿ ਭਾਈ ਤੂੰ ਯੂਥ ਕਾਲਜ ਦਾ ਵੱਡਾ ਅਹੁਦੇਦਾਰ ਆ ਸਟੇਟ ਲੈਵਲ ਦਾ ਉਹਦੇ ਘਰੇ ਗਏ ਉਹ ਪਿੰਡ ਦਾ ਮੌਜੂਦਾ ਸਰਪੰਚਾ ਉਹਨੇ 100 ਬੰਦੇ ਇਕੱਠੇ ਕਰਕੇ ਸਵਾਗਤ ਕਰਦੇ ਆ ਤੇ ਬੀਬੀ 3 ਦਿਨ ਘਰੇ ਸੁੱਤੀ ਰਹੀ ਬੀਬੀ ਜੀ ਕਹਿੰਦੇ ਵੀ ਯਾ ਇਹਨੂੰ ਨੌਜਵਾਨ ਨੂੰ ਕੱ ਮਤਲਬ ਚਿਹਰਾ ਇਹ ਚਿਹਰਾ ਹੁਣ ਮੈਂ ਲੋਕਾਂ ਦੇ ਸਾਹਮਣੇ ਛੱਡਣਾ ਨਹੀਂ ਮੈਂ ਸਾਹਮਣੇ ਲਿਆਉਣਾ ਸਾਰਿਆਂ ਦਾ ਇਕੱਲੇ ਕਰਨਾ ਨੌਜਵਾਨ ਪਾਰਟੀ ਚ ਹੁਣ ਵੀ ਬਿਲਕੁਲ ਤੇ ਉਹ ਨੌਜਵਾਨ ਨੇ ਮੌਕੇ ਦੀ ਨਜਾਕਤ ਨੂੰ ਭਾਵ ਦੇ ਹੋਏ ਆਪਸੀ ਫਾਇਦੇ ਦਿੱਤੇ ਅਸੀਂ ਕਹਿੰਦਾ ਕਨਾਰ ਮੇਰੇ ਕਰਕੇ ਜੇ ਪਾਰਟੀ ਦਾ ਨੁਕਸਾਨ ਹੁੰਦਾ ਮੈਂ ਹੀ ਚੁੱਪ ਕਰ ਜਨਾ ਪਾਰਟੀ ਲਈ ਫੇਰ ਵੀ ਕੰਮ ਕਰਦਾ ਰਿਹਾ ਹੁਣ ਅਸੀਂ ਉਹਦਾ ਜਿਹੜਾ ਜਿਹੜਾ ਅਸਤੀਫਾ ਸੀ ਉਹ ਨਾਮਜੂਰ ਕਰਦੇ ਹਾਂ ਪਰ ਝਿੰਦਰ ਸਾਹਿਬ ਇੱਕ ਧੜਾ ਅਕਾਤਖ ਸਾਬ ਜਾ ਰਿਹਾ ਦੂਸਰਾ ਧੜਾ ਉਹਨਾਂ ਨੂੰ ਬਾਗੀ گردਾਨ ਰਿਹਾ ਤੇ ਬੀਜੇਪੀ ਦੇ ਨਾਲ ਜੁੜਿਆ ਹੋਇਆ ਕਹਿ ਰਿਹਾ ਇਦੇ ਨਾਲ ਕੋਈ ਪਾਰਟੀ ਕੋਈ ਚੜ੍ਹਦੀ ਕਲਾ ਚ ਤਾਂ ਨਹੀਂ ਹੋ ਰਹੀ ਮੰਨ ਲਓ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਮੰਨ ਲਓ ਜੇ ਇਹੀ ਲੜਾਈ ਤੁਹਾਡੀ 2 ਮਹੀਨੇ ਚੱਲ ਗਈ 6 ਮਹੀਨੇ ਚੱਲ ਗਈ ਸਾਲ ਚੱਲ ਗਈ 2 ਸਾਲ ਚੱਲ ਗਈ ਨੁਕਸਾਨ ਤਾਂ ਆਖਰ ਪਾਰਟੀ ਨੂੰ ਹੀ ਹੋਏਗਾ ਨਾ ਤੇ ਪਾਰਟੀ ਦਾ ਫਾਇਦਾ ਹੀ ਹੋਏਗਾ ਉਹ ਕਿਵੇਂ ਕਟੋ-ਕਟ ਜਿਹੜਾ ਇਹ ਇੱਕ ਸਪਸ਼ਟਤਾ ਹੋਏਗਾ ਨਾ ਕਿ ਕਿਹੜਾ ਪਾਰਟੀ ਦੇ ਸਿਧਾਂਤ ਤੇ ਪਾਰਟੀ ਦੀ ਸੋਚ ਦੇ ਨਾਲ ਪਰਹੇਦਾਰੀ ਕਰੂਗਾ ਤੇ ਕਿਹੜਾ ਨਹੀਂ ਚੱਲਣਾ ਚਾਹੁੰਦਾ ਅਸੀਂ ਵੀ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਇੱਕ ਪਾਸੇ ਕਰ ਦਿਓ ਕਿ ਯਾ ਤਾਂ ਸੱਤਾ ਦੇ ਲਾਲਚ ਨਾਲ ਰੱਖ ਲੋ ਕਿ ਜਿਹੜੇ ਸੱਤਾ ਦਾ ਲਾਲਚ ਹੈ ਜੇ ਪਾਵਰਾਂ ਨੇ ਅਹੁਦੇ ਨੇ ਤਾਂ ਨਾਲ ਜੇ ਨਹੀਂ ਹੈਗਾ ਕੁਝ ਤਾਂ ਅਸੀਂ ਪਾਤੀ ਮਾਰੀ ਹੋਗੀ ਜਾਂ ਉਹ ਰੱਖ ਲੋ ਕਿ ਜਿਹੜੇ ਪਾਰਟੀ ਦੇ ਨਾਲ ਚੱਲਦੇ ਰਹਿਣ ਜਦੋਂ ਪਾਰਟੀ ਦੇ ਸੰਧਾਨਤੇ ਤੇ ਪਾਰਟੀ ਦੇ ਆਪਾਂ ਜਿਹੜੀ ਆਡਿਓਲੋਜੀ ਆ ਉਹਦੇ ਚੱਲਾਂਗੇ ਨਾ ਤਾਂ ਜਿਹੜੀਆਂ ਕੁਰਸੀਆਂ ਨੇ ਉਹ ਤਾਂ ਮਗਰ ਮਗਰ ਲੜਦੇ ਫਿਰਨਗੀਆਂ ਪਰ ਉਹ ਪਤਾ ਜੇ ਪਾਰਟੀ ਆਪਣੇ ਸੰਧਾਨਤਾਂ ਦੇ ਰਹੂਗੀ ਨਾ ਜੀ ਕੁਰਸੀਆਂ ਤਾਂ ਕੁਝ ਵੀ ਨਹੀਂ ਇਹਦਾ ਪਿੱਛੇ ਪਿੱਛੇ ਮਗਰ ਦੀਆਂ ਫਰਨਗੀਆਂ ਪ੍ਰਧਾਨ ਸਾਬ ਕੁਰਸੀ ਛੱਡ ਦੇਣ ਅਸਤੀਫਾ ਦੇ ਦੇਣ ਯਾਰ ਅਸਤੀਫਾ ਕੋਈ ਚਾਰ ਗੁਨੇ ਕਹਿਣਾ ਅਸਤੀਫਾ ਹੀ ਦੇ ਜਾਂਦੇ ਜੀ ਐ ਤਾਂ ਫਿਰ ਕੋਈ ਪਾਰਟੀ ਵੀ ਨਹੀਂ ਚੱਲ ਸਕਦੀ ਇਕੱਲਾ ਕਾਲੀ ਦਲ ਨਹੀਂ ਐ ਤਾਂ ਕੋਈ ਪਾਰਟੀ ਆ ਕਾਂਗਰਸ ਆ ਭਾਜਪਾ ਆ ਆਮਾਦੀ ਪਾਰਟੀ ਆ ਤੁਸੀਂ ਮੈਨੂੰ ਇਹ ਗੱਲ ਦੱਸੋ ਆਮਾਦੀ ਪਾਰਟੀ ਕਦੇ ਵੀ ਹ ਤੱਕ ਲੋਕ ਸਭਾ ਦੇ ਚੋਣ ਨਹੀਂ ਜਿੱਤੀ ਜੀ ਦਿੱਲੀ ਦੇ ਵਿੱਚ ਹਮੇਸ਼ਾਰ ਜਾਂਦੀ ਹੈ ਠੀਕ ਹੈ 92 ਸੀਟਾਂ ਵਾਲੀ ਸਰਕਾਰ ਮੁੱਦੇ ਮੋ ਗਰਜਦੇ ਨੇ ਤਿੰਨ ਤੇ ਆ ਜਾਂਦੇ ਨੇ ਹਰਿਆਣਾ ਤੇ ਦਿੱਲੀ ਜੀ ਕਿ ਕਿਸੇ ਟ ਵੀ ਨਹੀਂ ਆਉਂਦੀ ਭਗਵੰਤ ਮਾਨ ਤੇ ਕੇਜਰੀਵਾਲ ਦਾ ਕਿਸ ਨੇ ਅਸਤੀਫਾ ਮੰਗਿਆ ਉਹਨਾਂ ਤੋਂ ਕਿਸ ਨੇ ਅਸਤੀਫਾ ਮੰਗਿਆ ਅਬ ਬਥੇਰੇ ਪਹਿਲਾਂ ਉਹਨਾਂ ਦੇ ਗਾਹ ਪਾ ਕੇ ਚਲੇ ਗਏ ਕੇਜਰੀਵਾਲ ਤਸ ਤੇ ਮੈਂ ਸੋ ਜੇਲ੍ਹ 'ਚ ਬੈਠਾ ਪਤੰਦਰ ਫੇਰ ਵੀ ਅਸਤੀਫਾ ਨਹੀਂ ਦਿੰਦਾ ਕਟਰ ਇਮਾਨਦਾਰ ਪਾਰਟੀ ਦਾ ਪ੍ਰਧਾਨ ਜੀ ਸ਼ਰਾਬ ਦੇ ਘਟਾਲੇ ਵਿੱਚ ਜੇਲ੍ਹ 'ਚ ਬੰਦਾ ਫੇਰ ਕੋਈ ਅਸਤੀਫਾ ਨਹੀਂ ਉਹਨਾਂ ਦਾ ਮੰਗਦਾ ਤੇ ਕੋਈ ਉਹਨਾਂ ਦੀ ਗੱਲ ਨਹੀਂ ਕਰਦਾ ਇੱਥੇ ਜੇ 2-4 ਹਾਰਾਂ ਹੋ ਗਈਆਂ ਇਹ ਕਹਿੰਦੀ ਜੀ ਦੇਖੋ ਇਹ ਆਪਣਾ ਤਾਂ ਦੱਸਦੇ ਨਹੀਂ ਕਿ 40 ਸਾਲ ਤੱਕ ਅਸੀਂ ਇੱਕ ਵਾਰ ਐਮਐਲਏ ਬਣਿਆ ਆਬ ਤੱਕ ਇਹਨੇ ਸਾਨੂੰ ਸਾਰਾ ਕੁਝ ਚਾਹੀਦਾ ਹਲੇ ਪਰ ਆਖਰੀ ਸਵਾਲ ਹੈ ਜੀ ਸਭ ਉਸ ਅਸਤੀਫਾ ਸਿਰ ਪ੍ਰਧਾਨ ਸਾਹਿਬ ਦਾ ਹੀ ਕਿਉਂ ਮੰਗ ਰਹੇ ਨੇ ਕਿ ਉਹਨਾਂ ਨੂੰ ਉਹਨਾਂ ਨੂੰ ਪ੍ਰਧਾਨ ਸਾਹਿਬ ਨਾਲ ਕੀ ਇਤਰਾਜ਼ ਹੈ ਸਾਰੀ ਜ਼ਿੰਦਗੀ ਉਹ ਪ੍ਰਧਾਨ ਸਾਹਿਬ ਦੇ ਨਾਲ ਰਹੇ ਨੇ ਪ੍ਰਧਾਨ ਸਾਹਿਬ ਨਾਲ ਇਤਰਾਜ਼ ਇਹ ਹੈ ਕਿ ਜਿਹੜਾ ਬੰਦਾ ਮੇਜ਼ ਤੇ ਮੁੱਕੀ ਮਾਰ ਕੇ ਕਹੇ ਕਿ ਸਰਕਾਰਾਂ ਬਾਦ ਦੀਆਂ ਗੱਲ ਨੇ ਪੰਥ ਪੰਜਾਬ ਤੇ ਪੰਜਾਬੀ ਤੇ ਪਹਿਲਾਂ ਦਿੱਲੀ ਨਾਲ ਆੜੀ ਨਹੀਂ ਪਾਉਣੀ ਦਿੱਲੀ ਦੇ ਸਾਹਮਣੇ ਹਿੱਕ ਤਾਣ ਕੇ ਖੜਨਾ ਹੁਣ ਦੋ ਤਰ੍ਹਾਂ ਦੇ ਬੰਦੇ ਨੇ ਇੱਕ ਤਾਂ ਦਿੱਲੀ ਅੱਗੇ ਗੋਡੇ ਟੇਕਣ ਵਾਲੇ ਨੇ ਇੱਕ ਦਿੱਲੀ ਅੱਗੇ ਛਾਤੀ ਤਾਣ ਕੇ ਖੜਨ ਵਾਲੇ ਨੇ ਜੇ ਦਿੱਲੀ ਦੇ ਅੱਗੇ ਗੋਡੇ ਟੇਕਣ ਵਾਲਿਆਂ ਦੀ ਕਮੀ ਨਹੀਂ ਨਾ ਹੈਗੀ ਨਾ ਪ੍ਰੀਤ ਜੀ ਤਾਂ ਦਿੱਲੀ ਦੇ ਅੱਗੇ ਖੜਨ ਵਾਲੇ ਲੜਨ ਵਾਲੇ ਮਰਨ ਵਾਲੇ ਅੜਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਅਸੀਂ ਹਿੱਕ ਤਾਣ ਕੇ ਕਿਹਾ ਕਿ ਉਹ ਗੁਰੂ ਸਾਹਿਬ ਕਾਲਪੁਰਖ ਬਲ ਬੁੱਧੀ ਤੇ ਤਾਕਤ ਬਖਸ਼ੇ ਜਿੱਕ ਤੇ ਖੜ ਕੇ ਲੜਨ ਦੀ ਮਰਨ ਦੀ ਗੱਲ ਆਈ ਤਾਂ ਮੁਰੇ ਹੋ ਕੇ ਲੜਾਂਗੇ ਕਿਰਪਾ ਉਹ ਕਰੇ ਇਨਸਾਨ ਕੁਝ ਨਹੀਂ ਕਰ ਸਕਦਾ ਕਰਨ ਕਰੌਣਾ ਪਰਮੇਸ਼ਰ ਆਪ ਹੈ ਪਰ ਅੱਜ ਸਵਾਲ ਇਹ ਆ ਕਿ ਦਿੱਲੀ ਦੇ ਕਿਸ ਹੱਕ ਤਾਨਕੇ ਖੜੂਗਾ ਕੌਣ ਜਿਹੜੇ ਹਿਸਾਬ ਨਾਲ ਦਿੱਲੀ ਇਹ ਸੈਟਿੰਗਾਂ ਤਾਂ ਕਰੀ ਫਿਰਦੇ ਨੇ ਕਿ ਭਾਜਪਾ ਨਾਲ ਸਮਝੌਤਾ ਕਰ ਲਓ ਫਿਰ ਉੱਥੀ ਆਉਣਾ ਮੈਂ ਇਹ ਜਦੋਂ ਤੱਕ ਸਾਡੇ ਮਸਲੇ ਹੱਲੇ ਹੁੰਦੇ ਦਿੱਲੀ ਨਾਲ ਸਮਝੌਤੇ ਦੀ ਤਾਂ ਗੱਲ ਤਾਂ ਕਿ ਉਹਦਾ ਕੋਲ ਵੀ ਨਹੀਂ ਖੜਾ ਸਕਦੇ ਹੂੰ ਕੱਲੀ ਸੱਤਾ ਪ੍ਰਾਪਤੀ ਲਈ ਕੇਵਲ ਤੇ ਕੇਵਲ ਸੀਟਾਂ ਲਈ ਕਿ ਜੇ ਭਾਜਪਾ ਨਾਲ ਸਮਝੌਤਾ ਹੋਈ ਨਾ ਸਾਡੇ 10 ਸੀਟਾਂ ਇਹਦੇ ਨਹੀਂ ਆਈ ਸੀਟ ਨਾ ਆਈ ਯਾਰ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਪਰ ਘਟੋ ਘਟ ਹੱਕ ਤਾਨਕੇ ਦਾ ਖੜਨੇ ਆ ਟੌਣ ਉੱਚੀ ਕਰਕੇ ਤਾਂ ਖੜੇ ਆ ਕਿ ਅਸੀਂ ਆਪਣੇ ਮੁੱਦਿਆਂ ਤੇ ਅਸੀਂ ਆਪਣੇ ਸਿਧਾਂਤ ਤੇ ਖੜੇ ਆ ਅਸੀਂ ਸੱਚ ਦੇ ਨਾਲ ਖੜੇ ਆ ਅਸੀਂ ਪੰਥਦੇਵ ਨਾਲ ਖੜੇ ਆ ਅਸੀਂ ਪੰਜਾਬ ਨਾਲ ਖੜੇ ਆ ਵੋਟ ਨਹੀਂ ਪਈ ਕੋਈ ਗੱਲ ਨਹੀਂ ਕੱਲੀਆਂ ਵੋਟਾਂ ਨਾਲ ਤਾਂ ਨਹੀਂ ਸਾਰੇ ਮਸਲੇ ਵੋਟ ਤਾਂ ਮੈਂ ਪਹਿਲਾਂ ਕਿਹਾ ਕਿ ਵੋਟ ਬਹੁਤ ਕੁਝ ਸੋਚ ਕੇ ਪਾਈ ਜਾਂਦੀ ਹੁੰਦੀ ਆ ਵੋਟ ਪਾਉਣ ਦੇ ਮੁੱਦੇ ਮੌਕੇ ਨਾਲ ਹੋਰ ਨਿਕੜੇ ਆਉਂਦੇ ਨੇ ਨਵੇਂ ਵੋਟਾਂ ਦੀ ਗੱਲ ਨਹੀਂ ਜੇ ਵੋਟਾਂ ਨਾਲ ਹੀ ਸਾਰਾ ਕੁਝ ਤੋਲਾਂਗੇ 104 ਸਾਲ ਪੁਰਾਣੀ ਪਾਰਟੀ ਆ ਤਾਂ ਪੰਜ ਪੰਜ ਤਿੰਨ ਵਾਰ ਰਾਜ ਕੀਤਾ ਪੰਜ ਪੰਜ ਸਾਲ ਇਹਦਾ ਮਤਲਬ 5 ਸਾਲ ਕਿਤਾ ਟੁੱਟਮਾ ਇਹਦਾ ਮਤਲਬ 20 ਸਾਲ ਕੱਢ ਦੀ ਆਪਾਂ 84 ਸਾਲ ਤੱਕ ਰਾਜ ਹੀ ਨਹੀਂ ਕੀਤਾ ਅਕਾਲੀ ਦਲ ਨੇ ਤਾਂ ਕਿਉਂ ਆਪਣੀ ਫਿਰ ਜਿਹੜੀ ਜਿਹੜੀ ਜਿਹੜੇ ਕੰਮ ਲਈ ਅਕਾਲੀ ਦਲ ਬਣ ਬਣਿਆ ਕਿਉਂ ਸੀ ਅਕਾਲੀ ਦਲ ਦੀ ਬਣਾਉਣਾ ਬਣਾਇਆ ਕਿਉਂ ਗਿਆ ਸੀ ਅਕਾਲੀ ਦਲ ਹੂੰ ਸੰਘਰਸ਼ ਚ ਲੜ ਕੇ ਸ਼ਹੀਦ ਦੀਆਂ ਪਾ ਕੇ ਖੂਨ ਡੋਲ ਕੇ ਜੇ ਸਾਡੇ ਪਟਾਰੂਆਂ ਨੇ ਅਕਾਲੀ ਦਲ ਬਣਾਇਆ ਸੀ ਉਹ ਬਣਾਇਆ ਸੀ ਮੁੱਦਿਆਂ ਲਈ ਲੜਾਈ ਲੜਨੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਬਣਦੀ ਆ ਉਹ ਤੋਂ ਬਾਅਦ ਸ਼੍ਰੋਮਣੀ ਕਾਲ ਦਲ ਬਣਦਾ ਕੀ ਭਾਈ ਜੇ ਇੱਕ ਸਿੱਖਾਂ ਦੀ ਰਾਜਨੀਤੀ ਜਮਾਤ ਜ਼ਰੂਰ ਚਾਹੀਦੀ ਆ ਉਹਨਾਂ ਦੀ ਗੱਲ ਰੱਖਣ ਵਾਲਾ ਇੱਕ ਮੰਚ ਜ਼ਰੂਰ ਚਾਹੀਦਾ ਜੇ ਸਿੱਖਾਂ ਦੀ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਲਾ ਮੰਚ ਹੀ ਕਮਜ਼ੋਰ ਹੋ ਗਿਆ ਦਿੱਲੀ ਦੇ ਗੋਡੇ ਟੇਕ ਗਿਆ ਤਾਂ ਸਾਡੀ ਗੱਲ ਕਰੂ ਕੌਣ ਜੀ ਇਸ ਲਈ ਦਿੱਲੀ ਦੇ ਸਾਹਮਣੇ ਅੱਖਾਂ ਤਾਣ ਕੇ ਖੜਨ ਦਾ ਵੇਲਾ ਗੋਡੇ ਟੇਕਣ ਦਾ ਨਹੀਂ ਬਾਗਿਆਂ ਲਈ ਦਰਵਾਜ਼ੇ ਬੰਦ ਨੇ ਜਾਂ ਖੁੱਲੇ ਨੇ ਹਜੇ ਮੈਂ ਕਹਾਂ ਜੀ ਜਿਹੜਾ ਬੰਦਾ ਦਿੱਲੀ ਦੇ ਅੱਗੇ ਗੋਡੇ ਟਿਕੂ ਉਹਦੇ ਲਈ ਤਾਂ ਬੰਦ ਨੇ ਜਿਹੜਾ ਬੰਦਾ ਇਹ ਕਹੂਗਾ ਕਿ ਅਸੀਂ ਪਹਿਰੇਦਾਰੀ ਕਰਨ ਲਈ ਤਿਆਰ ਆਂ ਪਾਰਟੀ ਦੇ ਨਾਲ ਖੜਕੇ ਸੰਘਰਸ਼ ਲੜਨ ਲਈ ਤਿਆਰ ਆਂ ਮੁੱਦਿਆਂ ਤੇ ਪੰਤ ਪੰਜਾਬ ਦੇ ਪੰਜਾਬੀਅਤ ਦੇ ਤਾਂ ਉਹਦੇ ਲਈ ਤਾਂ ਸਾਰੇ ਲਈ ਦਰਵਾਜ਼ੇ ਖੁੱਲ੍ਹੇ ਨੇ ਤੋ ਕੋਈ ਵੀ ਹੋਵੇ ਹਰੇਕ ਲਈ ਦਰਵਾਜ਼ਾ ਖੁੱਲਾ ਹੈ ਪਾਰਟੀ ਦਾ ਬਹੁਤ ਸ਼ੁਕਰੀਆ ਚਿੰਝਰ ਸਾਹਿਬ ਤੁਸੀਂ ਸਮਾਂ ਦਿੱਤਾ ਜੀ ਵਾਇਗੁਰ ਜੀ ਕਾਕਾ ਸਾਹਿਬ ਵਾਇਗੁਰ ਜੀ ਕੀ ਫਤਿਹ ਸਰਦਾਰ ਸਰਬਜੀਤ ਸਿੰਘ ਚਿੰਝਰ ਸਾਹਿਬ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਚਿੰਝਰ ਸਾਹਿਬ ਨੇ ਦੱਸਿਆ ਕਿ ਜਿਹੜੇ ਲੀਡਰ ਇਸ ਵੇਲੇ ਪਾਰਟੀ ਦੇ ਵਿੱਚ ਬਗਾਵਤ ਕਰ ਰਹੇ ਨੇ ਉਹ ਇਸ਼ਾਰਾ ਕਿਤੇ ਹੋਰ ਲੈ ਰਹੇ ਨੇ ਇਸ਼ਾਰਾ ਜਿੱਥੋਂ ਆ ਰਿਹਾ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਦੀ ਬਿਲਕੁਲ ਨਹੀਂ ਚੱਲਣ ਦੇਣੀ ਅਸੀਂ ਪਾਰਟੀ ਨੂੰ ਬਚਾਉਣਾ ਤੇ ਪਾਰਟੀ ਨੂੰ ਬਚਾਉਣ ਦੇ ਲਈ ਜੋ ਕੁਝ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਇਹ ਸਰਬਜੀਤ ਸਿੰਘ ਚਿੰਦਰ ਸਾਹਿਬ ਨੇ ਕਿਹਾ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਚੇਂਜ ਕਰਨ ਦੀ ਜ਼ਰੂਰਤ ਹੈ ਉਹਨਾਂ ਲੀਡਰਾਂ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਕਦੇ ਇਲੈਕਸ਼ਨ ਨਹੀਂ ਜਿੱਤੀ ਤੇ ਪਾਰਟੀ ਨੂੰ ਇਸ ਵੇਲੇ ਡਿਕਟੇਟ ਕਰ ਰਹੇ ਨੇ ਤਾਂ ਸਿੱਧੇ ਤੇ ਸਪਸ਼ਟ ਤੌਰ ਤੇ ਦੇਖਣਾ ਹੋਏਗਾ ਜਿਹੜਾ ਇਹ ਖਲਾਰਾ ਪਿਆ ਹੈ ਕਦੋਂ ਤੱਕ ਜਿਹੜਾ ਉਹ ਸੰਟੇਗਾ ਕਦੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਇਕੱਠਾ ਹੋ ਕੇ ਦੁਬਾਰਾ ਜਾਂ ਫਿਰ ਨਵੇਂ ਰੂਪ ਦੇ ਵਿੱਚ ਸਾਹਮਣੇ ਆਏਗਾ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਇਹਦੇ ਦੇ ਨਜ਼ਰਾਂ ਬਣੀਏ ਰਹਿਣਗੀਆਂ ਫਿਰ ਹਾਲ ਤੁਸੀਂ ਵੇਖਦੇ ਰਹਿਣਾ ਪ੍ਰਾਈਮੇਸ਼ੀਆ ਟੀਵੀ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ